ഹരി പ്രഭു ശരണാഗതി ജീ കൃപ നിദയാ ഏക അക്ഷര ഹര മന വസ്തു ഏക അക്ഷര ഹര മന വസ്തു नानक होत निहार तेरे कवन कवन गुण कह कह गावा साहिब गुनी निदाना जी तेरी महिमा वर्णन न सको तू ठाकुर ਉੱਚ ਭਗਵਾਨਾ ਤੇਰੇ ਵਰਗਾ ਇਸ ਧਰਤੀ ਤੇ ਹੋਰ ਨਾ ਕੋਈ ਆਇਆ ਤੇਰੇ ਵਰਗਾ ਇਸ ਧਰਤੀ ਤੇ ਹੋਰ ਨਾ ਕੋਈ ਆਇਆ ਤੇਰੇ ਵਰਗਾ ਇਸ ਧਰਤੀ ਤੇ ਹੋਰ ਨਾ ਕੋਈ ਆਇਆ ਤੇਰੇ ਵਰਗਾ ਇਸ ਧਰਤੀ ਤੇ ਹੋਰ ਨਾ ਕੋਈ ਆਇਆ ਤੇਰੇ ਵਰਗਾ ਇਸ ਧਰਤੀ ਤੇ ਹੋਰ ਨਾ ਕੋਈ ਆਇਆ ਤੇਰੇ ਵਰਗਾ ਇਸ ਧਰਤੀ ਤੇ ਹੋਰ ਨਾ ਕੋਈ ਆਇਆ ਤੇਰੇ ਵਰਗਾ ਇਸ ਧਰਤੀ ਤੇ ਹੋਰ ਨਾ ਕੋਈ ਆਇਆ ਤੇਰੇ ਵਰਗਾ ਇਸ ਧਰਤੀ ਹੋਰ ਨਾ ਕੋਈ ਆਇਆ ਤੇਰੇ ਵਰਗਾ ਇਸ ਧਰਤੀ ਤੇ ਹੋਰ ਨਾ ਕੋਈ ਆਇਆ ਹੋਰ ਨਾ ਕੋਈ ਆਇਆ ਤੇਰੇ ਵਰਗਾ ਇਸ ਧਰਤੀ ਤੇ ਹੋਰ ਨਾ ਕੋਈ ਆਇਆ ਤੇਰੇ ਵਰਗਾ ਇਸ ਧਰਤੀ ਤੇ ਹੋਰ ਨਾ ਕੋਈ ਆਇਆ ਕਾਲ ਮੂਰਤ ਦੀ ਰਹਿਦਾ ਮੂਰਤ ਅਕਾਲ ਪੁਰਖ ਦੀ ਕਹਰਾ ਪੂਰ ਗੁਰੂ ਗੋਬਿੰਦ ਸੁਹਾਇਆ ਅਕਾਲ ਪੁਰਖ ਦੀ ਕਹਰਾ ਪੂਰ ਗੁਰੂ ਗੋਬਿੰਦ ਸੁਹਾਇਆ ਅਕਾਲ ਪੁਰਖ ਦੀ ਗੁਰੂ ਗੋਬਿੰਦ ਸੁਹਾਇਆ ਅਕਾਲ ਪੁਰਖ ਦੀ ਗੁਰੂ ਗੋਬਿੰਦ ਸੁਹਾਇਆ ਅਕਾਲ ਪੁਰਖ ਦੀ ਯਾਰਾ ਮੂਰਤ ਗੁਰੂ ਗੋਬਿੰਦ ਜਖਵਾਇਆ ਅਕਾਲ ਪੁਰਖ ਦੀ ਯਾਰਾ ਮੂਰਤ ਗੁਰੂ ਗੋਬਿੰਦ ਜਖਵਾਇਆ ਹਿੰਦ ਧਰਮ ਲਈ ਪਿਤਾ ਵਾਰ ਕੇ ਹਿੰਦ ਧਰਮ ਲਈ ਪਿਤਾ ਵਾਰ ਕੇ ਦੁਬਦਾ ਧਰਮ ਮਨਾਇਆ ਧਰਮ ਲਈ ਪਿਤਾ ਵਾਰ ਸੁਭ ਦਾ ਧਰਮ ਵਧਾਇਆ ਉਹ
ਇਸ ਧਰਮ ਲਈ ਪਿਤਾ ਬਾਣੀ ਡੁੱਬਦਾ ਧਰਮ ਬਚਾਇਆ ਇਸ ਧਰਮ ਲਈ ਪਿਤਾ ਬਾਣੀ ਡੁੱਬਦਾ ਧਰਮ ਬਚਾਇਆ ਇੱਕ ਧਰਮ ਲਈ ਪਿਤਾ ਬਾਰ ਕੇ ਡੁੱਬਦਾ ਧਰਮ ਬਚਾਇਆ ਇੱਕ ਧਰਮ ਲਈ ਪਿਤਾ ਬਾਰ ਕੇ ਡੁੱਬਦਾ ਧਰਮ ਬਚਾਇਆ ਤਾਈਓ ਕਲਗੀਆਂ ਵਾਲਿਆ ਤੈਨੂੰ ਸਭ ਨੇ ਸੀਸ ਨਿਵਾਇਆ 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 ਤਾਈਓ ਕਲਗੀਆਂ ਵਾਲਿਆ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀਨ ਦਾਨਾ ਤੇਰੀ ਮਹਿਮਾ ਕਰਨ ਨਾ ਸਕੋ ਤੂੰ ਠਾਕੁਰ ਪੂਜ ਭਗਵਾਨ ਵਾਹੇ ਗੁਰੂ ਵਾਹੇ ਗੁਰੂ ਜਪੋ ਸਾਰੇ ਵਾਹੇ ਗੁਰੂ ਬੰਦੀ ਨਾ ਰਵੇ ਜਿਤਨੇ ਵੀ ਜੁੜ ਮਿਲ ਬੈਠੇ ਹੋ ਕਿਰਪਾ ਕਰੋ ਜੀ ਸਾਰੇ ਇੱਕ ਦਸ ਹੋ ਕੇ ਹਾਜ਼ਰੀ ਲਵਾਓ ਸਾਰੇ ਇੱਕ ਵਾਰੀ ਕੋਈ ਪਤਾ ਨਹੀਂ ਹੁੰਦਾ ਕਦੋਂ ਅੰਦਰੋਂ ਇੱਕ ਵਾਰੀ ਵਾਹਿਗੁਰੂ ਨਿਕਲ ਜਾਏ ਤੇ ਸਾਡਾ ਪਾਰ ਉਤਾਰਾ ਹੋ ਜਾਵੇ ਪਤਾ ਨਹੀਂ ਹੁੰਦਾ ਗੁਰੂ ਸਾਹਿਬ ਜੀ ਦੇ ਦਰ ਤੇ ਬੈਠਿਆ ਜਿਨ੍ਹਾਂ ਦੇ ਨਾਲ ਮਿਲ ਕੇ ਸਾਡਾ ਭਲਾ ਹੋ ਜਾਣਾ ਹੈ ਸਾਰੇ ਰੱਬੋ ਗੁੰਜਾਂ ਪਾ ਦੇ ਉਸ ਵਾਰੀ ਸਤਿਗੁਰਾਂ ਦੇ ਉਸ ਪਾਵਨ ਅਸਥਾਨ ਤੇ ਬੈਠੇ ਆ ਜਿੱਥੇ ਕਲਗੀਧਰ ਦਾ ਪਹਿਰਾ ਹਰ ਵਕਤ ਰਹਿੰਦਾ ਹੈ ਜਿੱਥੇ ਕਲਗੀਧਰ ਦੇ ਸਿੰਘਾਂ ਦਾ ਪਹਿਰਾ ਹਰ ਵਕਤ ਰਹਿੰਦਾ ਹੈ ਉਸ ਪਾਵਨ ਅਸਥਾਨ ਤੇ ਬੈਠੇ ਆ ਤੇ ਕੋਈ ਰਸਣਾ ਬੰਦੀ ਨਾ ਰਵੇ ਸਾਰੇ ਕਿਰਪਾ ਕਰੋ ਜੀ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ
वाए कवने गुण कहिए देश मेअंक स्वामी तिरुवंत नाक नहीं लहिया तेरे वरदा इस धरती पे होर ना कोई आया तेरे वरदा इस धरती होर ना कोई आया तेरे वरदा इस धरती पे होर ना कोई आया तेरे वरदा इस धरती होर ना कोई आया इस धरती पे होर ना कोई आया तेरे वरगा इस धरती पे होर ना कोई आया राजे महाराजे आने स्वर्ग बनाए लखा नंदपुर जहा स्वर्ग दाता किसे भी बनाया ना राजे महाराजे आने स्वर्ग बनाए लखा तेरे नंदपुर जहा स्वर्ग किसे ना उसारे सोना चांदी हीरे आंदा व्यापार देखी दुनिया करती मैं सारा तन चुकूदा था सरसा चुदार हीरे चांदी हीरे चांदी सोने दा व्यापार देखी दुनिया कर दी मैं सारा तन चुकूदा था सरसा सितारा चंदन चमेली हाँ जी चंदन चमेली लोकी के सुधा का वाग लंदे चंदन चमेली लोकी के सुधा का वाग लंदे ओ पुत्रा का वाग लंदे हाथी मैं उजाड़े पुरा का वाग लाके हाथी मैं उजाड़े तेरे वरगा इस धरती पे होर ना कोई आया तेरे वरगा इस धरती पे होर ना कोई आया तेरे वरगा इस धरती पे होर ना तेरे वरगा इस धरती पे होर ना कोई आया तेरे वरगा इस धरती पे होर ना कोई आया।
ਪਿਤਾ ਤੋਂ ਕਥੇ ਨਾ ਜਾਂਦੇ ਗੁਣ ਤੇਰੇ ਬਾਜਾਂ ਵਾਲਿਆ ਦੀ ਮੇਰੀ ਜੇ ਪਿਤਾ ਤੋਂ ਕਥੇ ਨਾ ਜਾਂਦੇ ਗੁਣ ਤੇਰੇ ਬਾਜਾਂ ਵਾਲਿਆ ਮੇਰੀ ਜੇ ਪਿਤਾ ਤੋਂ ਕਥੇ ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਵਨ ਛਤਰ ਛਾਇਆ ਹੇਠ ਬੈਠ ਕਰਕੇ ਸ਼ਾਹੇ ਸ਼ਹਿਨਸ਼ਾਹ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਏਜ ਦੀ ਮਨਜੂਰ ਗੁਰੂ ਗੋਬਿੰਦ ਸਿੰਘ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਤੇ
ਉਹਨਾਂ ਦੇ 351 ਆਗਮਨ ਪੁਰਬ ਨੂੰ ਮੁੱਖ ਰੱਖਦਿਆਂ ਹੋਇਆ ਹਰ ਸਾਲ ਦੀ ਤਰ੍ਹਾਂ ਮਹਾਨ ਗੁਰਮਤ ਸਮਾਗਮ ਉਲੀਕੇ ਗਏ ਨੇ। ਸੋ ਕਈ ਦਿਨਾਂ ਤੋਂ ਲੈ ਕਰਕੇ ਗੁਰਬਾਣੀ ਦੇ ਅਖੰਡ ਪ੍ਰਵਾਹ ਚੱਲ ਰਹੇ ਸਨ। ਅੱਜ ਅੰਮ੍ਰਿਤ ਵੇਲੇ ਹੀ ਸਮਾਪਤੀ ਹੋਈ ਹੈ। ਉਸ ਤੋਂ ਉਪਰੰਤ ਆਪ ਗੁਰਸਿੱਖ ਸੰਗਤਾਂ ਵੱਡੇ ਪਿਆਰ ਦੇ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਬੈਠ ਕਰਕੇ ਗੁਰੂ ਕਾ ਹਰ ਜਸ ਮੇਰੇ ਤੋਂ ਪਹਿਲਾਂ ਪੰਥ ਦੇ ਮਹਾਨ ਵਿਦਵਾਨ ਮਹਾਨ ਸ਼ਖਸੀਅਤਾਂ ਗੁਣੀ ਗਿਆਨੀ ਰਾਗੀ ਢਾਡੀ ਉਹਨਾਂ ਪਾਸੋਂ ਗੁਰੇ ਇਤਿਹਾਸ ਗੁਰਮੁਖ ਵਿਚਾਰਾਂ ਦੀ ਸਾਂਝ ਆਪਣੇ ਸ਼ਰਵਣ ਕੀਤੀ ਹੈ। ਆਓ ਜਿੰਨਾ ਕੁ ਸਮਾਂ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੋਦ ਵਿੱਚ ਆਪਾਂ ਨੂੰ ਬਖਸ਼ਿਸ਼ ਕਰਦੇ ਨੇ, ਬੈਠ ਕਰਕੇ ਵੱਡੇ ਕੀਆਂ ਵਡਿਆਈਆਂ ਕਹਿਣ ਦੀ ਆਪ ਸੰਗਤਾਂ ਬਖਸ਼ੋ ਅਸੀਸ ਨਿਭਾਓ ਸੀਸ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੂੰ ਫਤਿਹ ਦੇ ਰੂਪ ਦੇ ਵਿੱਚ ਅਸੀਸ ਦੇਵੋ ਜੀ। ਸਤਿਗੁਰੂ ਕਿਰਪਾ ਕਰਨ ਜਿਤਨਾ ਸਵਾ ਹਾਜ਼ਰੀ ਭਰਨੀ ਹੈ, ਟਿਕਾ ਮਨ ਦੇ ਨਾਲ ਇਕਾਗਰ ਮਨ ਦੇ ਨਾਲ ਬੈਠ ਕਰਕੇ ਹਾਜ਼ਰੀ ਭਰਨ ਦਾ ਯਤਨ ਕਰੀਏ, ਕਿਉਂਕਿ ਪਿਆਰੋ ਆਪਣੇ ਕੌਮੀ ਸੋਚ ਚੈਨਣ ਵਾਲੇ ਗੁਰਮੁਖ ਪਿਆਰੇ ਆਏ ਹੋਏ ਨੇ। ਇਹ ਸਾਰਾ ਤੁਹਾਡਾ ਜਿਹੜਾ ਪ੍ਰੋਗਰਾਮ ਤੁਸੀਂ ਬੈਠੇ ਹੋ ਵੇਖ ਰਹੇ ਹੋ ਸਾਰੇ ਦੇਸਾਂ ਵਿੱਚ ਵੱਡੀ ਦੂਰ ਦੂਰ ਤੱਕ ਇਹ ਸਾਰਾ ਪ੍ਰੋਗਰਾਮ ਇੰਟਰਨੈਟ ਦੇ ਮੀਡੀਅਮ ਰਾਹੀਂ ਸੋਸ਼ਲ ਮੀਡੀਆ ਤੇ ਹਰੇਕ ਦੇ ਕੋਲ ਲਾਈਵ ਇਹ ਟੈਲੀਕਾਸਟ ਚੱਲ ਰਿਹਾ। ਇਸ ਕਰਕੇ ਤੁਸੀਂ ਆ ਕੇ ਬੈਠ ਕਰਕੇ ਗੁਰੂ ਕੀ ਬਾਣੀ ਦਾ ਆਨੰਦ ਮਾਣੀਏ। ਸਾਰੇ ਹੀ ਕਿਰਪਾ ਕਰੋ, ਰਹਿਮਤ ਕਰੋ, ਗੁਰੂ ਕੀ ਬਖਸ਼ਿਸ਼ ਕੀਤੀ ਹੋਈ ਫਤਿਹ ਦਾ ਨਾਰਾ ਬੁਲੰਦ ਕਰੀਏ। ਕੋਈ ਦੱਸਣਾ ਬੰਦੀ ਨਾ ਰਵੇ ਜੀ, ਸਾਰੇ ਵੱਡੇ ਵੱਡੇ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ। ਸਤਿਗੁਰੂ ਨੇ ਮਹਾਨ ਮਹਾਨ ਕਿਰਪਾ ਕੀਤੀ ਹੈ ਪਿਆਰੋ, ਮੇਰੇ ਤੋਂ ਪਹਿਲਾਂ ਭਾਈ ਜਸਵੀਰ ਸਿੰਘ ਜੀ ਕੰਗਾ ਢਾਣੀ ਵਾਲੇ ਉਹਨਾਂ ਨੇ ਬੜੀਆਂ ਮੌਲਿਕ ਵਿਚਾਰਾਂ ਦੀ ਸਾਨਰਾਪਤੀ ਦੇ ਨਾਲ ਪਾਈ, ਜੋ ਸਤਿਗੁਰਾਂ ਦੇ ਦਰ ਘਰ ਦੀ ਸੇਵਾ ਬਾਰੇ ਆਪ ਜੀ ਦੇ ਨਾਲ ਵਿਚਾਰ ਕਰ ਰਹੇ ਸਨ। ਆਓ ਕੁਝ ਪਲ ਕੁਝ ਘੜੀਆਂ ਕਲਗੀਧਰ ਦਤਾਰ ਪਾਤਸ਼ਾਹ ਦੇ ਗੁਣਾਂ ਨੂੰ ਆਪਾਂ ਵੀ ਗਾ ਲਈਏ। ਧੰਨ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਇਸ ਦੁਨੀਆਂ ਤੇ ਸ਼ਾਇਰ ਕਹਿੰਦਾ ਤੇਰੇ ਵਰਗਾ ਇਸ ਧਰਤੀ ਤੇ ਹੋਰ ਨਾ ਕੋਈ ਆਇਆ। ਬਾਕੀ ਕਲਗੀਧਰ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵਰਗੇ ਗੁਰੂ ਐਸੇ ਰਹਿ ਨਾ ਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਦੁਨੀਆਂ ਤੇ ਵੜੇ ਆਏ ਪੀਰ ਪੈਗੰਬਰ ਆਉਣੀ ਅਵਤਾਰ ਬੜੇ ਆਏ ਪਰ ਧੰਨ ਮਾਂ ਗੁਜਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੇ ਘਰ ਐਸੇ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਆਏ ਜੋ ਅਕਾਲ ਪੁਰਖ ਦੀ ਮੂਰਤ ਅਕਾਲ ਪੁਰਖ ਨੇ ਆਪਣੇ ਪੁੱਤਰ ਬਣਾ ਕੇ ਭੇਜਿਆ ਧਰਤੀ ਤੇ। ਅਕਾਲ ਪੁਰਖ ਨੇ ਆਪਣਾ ਪੁੱਤਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਥਾਪ ਕੇ ਭੇਜਿਆ ਪਿਆਰੋ। ਉਹ ਸਭਨਾਂ ਦੇ ਸਾਂਝੇ ਬਲੀ ਸਭਨਾਂ ਦੇ ਸਾਂਝੇ ਰਹਿਬਰ ਦੁਨੀਆਂ ਤੇ ਆਏ। ਚਾਰ ਪੁੱਤਰ ਤੁਸਾਂ ਧਰਮ ਤੋਂ ਵਾਰੇ ਫਿਰ ਵੀ ਸ਼ੁਕਰ ਮਨਾਉਂਦਾ ਪਿਆ ਕਲਗੀਆਂ ਵਾਲਾ, ਤੈਨੂੰ ਕਲਗੀਆਂ ਵਾਲਿਆ ਤੈਨੂੰ ਸਭ ਨੇ ਸੀਸ ਨਵਾਇਆ। ਜੇ ਚਾਰ ਪੁੱਤਰ ਵਾਰੇ
ਚਾਰੇ ਵਰਨਾਂ ਦੇ ਲੋਕਾਂ ਨੇ ਤੇਰੇ ਚਰਨਾਂ ਤੇ ਸਜਦਾ ਕੀਤਾ ਤੇ ਚਾਰ ਪੁੱਤ ਵਾਰੇ ਨੇ ਨਾ ਤੇ ਚਾਰੇ ਵਰਨਾਂ ਦੇ ਲੋਕਾਂ ਨੇ ਚਾਰੇ ਮਜ਼ਹਬਾਂ ਦੇ ਲੋਕਾਂ ਨੇ ਸਜਦਾ ਵੀ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਕੀਤਾ ਲਾਲਾ ਦੌਲਤ ਰਾਏ ਇੱਕ ਹਿੰਦੂ ਧਰਮ ਦੇ ਨਾਲ ਸੰਬੰਧ ਰੱਖਣ ਵਾਲਾ ਉਹਨੇ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ ਬਾਰੇ ਲਿਖਿਆ ਇੱਕ ਹਿੰਦੂ ਲਿਖਦਾ ਹੈ ਕਹਿੰਦਾ ਧੰਨ ਕਲਗੀਆਂ ਵਾਲਿਆ ਮੈਂ ਤੈਨੂੰ ਕਿਹੜਾ ਪੱਖ ਦੁਨੀਆਂ ਦਾ ਮੈਂ ਤੇਰਾ ਲਵਾਂ ਕਿ ਦੁਨੀਆਂ ਦੇ ਨਾਂ ਭਗਤੀ ਕਰਨ ਵਾਲੇ ਵੀ ਪੈਦਾ ਹੋਏ ਦੁਨੀਆਂ ਤੇ ਸੂਰਮੇ ਵੀ ਪੈਦਾ ਹੋਏ ਤੇ ਦੁਨੀਆਂ ਤੇ ਦਾਨੀ ਵੀ ਪੈਦਾ ਹੋਏ ਤਿੰਨ ਪ੍ਰਕਾਰ ਦੀ ਦੁਨੀਆਂ ਦੇ ਲੋਕ ਆਏ ਭਗਤੀ ਕਰਨ ਵਾਲਿਆਂ ਦਾ ਵੀ ਦੁਨੀਆਂ ਤੇ ਅੰਤ ਨਹੀਂ ਹੈ ਕੋਈ ਲਾਲਾ ਦੌਲਤ ਰਾਏ ਲਿਖਦਾ ਹੈ ਕਹਿੰਦਾ ਬਾਜਾਂ ਵਾਲਿਆ ਜੇ ਮੈਂ ਭਗਤੀ ਵਾਲਾ ਪੱਖ ਤੇਰਾ ਵੇਖਦਾ ਨਾ ਜੇ ਭਗਤੀ ਵਾਲੇ ਪਾਸੇ ਤੈਨੂੰ ਵੇਖਦਾ ਤਾਂ ਧੰਨ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਨੇ ਸਭ ਤੋਂ ਪਹਿਲਾ ਵਿਦਵਾਨ ਪੁਰਸ਼ ਲਿਖਦੇ ਨੇ ਤਵਾਰੀ ਗੁਰੂ ਖਾਲਸਾ ਗਿਆਨੀ ਗਿਆਨ ਸਿੰਘ ਜੀ ਲਿਖਦੇ ਨੇ ਕਿ ਧੰਨ ਕਲਗੀਧਰ ਸੱਚੇ ਪਾਤਸ਼ਾਹ ਨੇ ਸਭ ਤੋਂ ਪਹਿਲਾਂ ਮਾਲਕਾ ਤੋਂ ਭਗਤੀ ਕੀਤੀ ਕਲਗੀਆਂ ਵਾਲਿਆ ਨਾਦੇੜ ਸਾਹਿਬ ਦੀ ਧਰਤੀ ਜਿੱਥੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਤੁਸੀਂ ਦਰਸ਼ਨ ਕਰਨ ਜਾਂਦੇ ਹੋ ਦਰਸ਼ਨ ਕਰਕੇ ਆਈਆਂ ਸੰਗਤਾਂ ਨਾਦੇੜ ਉਹਦਾ ਨਾਮ ਪਿਆ ਨੌ ਰਿਸ਼ੀਆਂ ਨੇ ਉੱਥੇ ਬੈਠ ਕੇ ਭਗਤੀ ਕੀਤੀ ਉੱਥੇ ਸਤਿਗੁਰਾਂ ਨੇ ਪਿਛਲੇ ਜਨਮ ਦੇ ਵਿੱਚ ਦੱਸਦੇ ਨੇ ਉੱਥੇ ਭਗਤੀ ਕੀਤੀ ਇੱਥੋਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਲਾਲਾ ਦੌਲਤ ਰਾਏ ਲਿਖਦਾ ਕਹਿੰਦਾ ਜਦੋਂ ਮੈਂ ਵੇਖਦਾ ਕਿ ਨੌ ਰਿਸ਼ੀਆਂ ਦੀ ਧਰਤੀ ਨਾਦੇੜ ਸਾਹਿਬ ਜੀ ਦਾ ਨਾਮ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੀ ਧਰਤੀ ਹੈ ਫਿਰ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਬਚਿੱਤਰ ਨਾਟਕ ਦੇ ਵਿੱਚ ਦਸਮ ਗ੍ਰੰਥ ਪਾਤਸ਼ਾਹ ਮਹਾਰਾਜ ਜੀਆਂ ਦੀ ਬਾਣੀ ਦੇ ਵਿੱਚ ਆਪ ਲਿਖਦੇ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀਆਂ ਤੋਂ ਲੈ ਕਰਕੇ ਜਿਤਨੇ ਗੁਰੂ ਸਾਹਿਬਾਨ ਹੋਏ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਜੀਵਨ ਦੀ ਜਿਹੜੀ ਕਥਾ ਜਿਹੜੀ ਗਾਥਾ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਨੇ ਭਾਈ ਬਾਲੇ ਜੀ ਹੋਣਾ ਪਾਸੋਂ ਸੁਣ ਕੇ ਲਿਖਵਾਈ ਏਦਾਂ ਗੁਰੂ ਸਾਹਿਬਾਨਾਂ ਨੇ ਆਪਣੇ ਜੀਵਨ ਦੀ ਗਾਥਾ ਗੁਰੂ ਸਾਹਿਬਾਨਾਂ ਨੇ ਆਪ ਨਹੀਂ ਕਿਸੇ ਨੇ ਬਿਆਨ ਕੀਤੀ ਧੰਨ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਆਪ ਲਿਖਦੇ ਨੇ ਅਬ ਮੈਂ ਆਪਣੀ ਕਥਾ ਬਖਾਨੋ ਤਪ ਸਾਧਿਤ ਜੇ ਬਿਧ ਮੋਹਿ ਆਨੋ ਹੇਮਕੁੰਟ ਪਰਬਤ ਹੈ ਜਹਾਂ ਸਪਤ ਸ੍ਰਿੰਗ ਸੋਭਤ ਹੈ ਤਹਾਂ ਕਹਿੰਦੇ ਸੱਤ ਚੋਟੀਆਂ ਦਾ ਆਕਾਸ਼ ਨੂੰ ਛੂੰਹਦੀਆਂ ਸੱਤ ਚੋਟੀਆਂ ਨੇ ਹੇਮਕੁੰਟ ਸਾਹਿਬ ਦੀ ਧਰਤੀ ਤੇ ਜਿਨ੍ਹਾਂ ਨੇ ਦਰਸ਼ਨ ਕੀਤੇ ਨੇ ਉੱਥੇ ਜਦੋਂ ਵੇਖਿਆ ਸੱਚੇ ਪਾਤਸ਼ਾਹ ਚਾਰ ਯੁੱਗ ਤੇਰੀ ਭਗਤੀ ਬਰਖ ਦੀਆਂ ਪਹਾੜੀਆਂ ਵਿੱਚ ਬੈਠ ਕੇ ਤੂੰ ਇੰਨੀ ਭਗਤੀ ਕੀਤੀ ਲਾਲਾ ਦੌਲਤ ਰਾਏ ਲਿਖਦਾ ਜਦੋਂ ਭਗਤੀ ਵਾਲੇ ਪਾਸੇ ਵੇਖਦੇ ਆ ਤੂੰ ਭਗਤੀ ਵਿੱਚ ਵੀ ਨਿਪੁੰਨ ਜਦੋਂ ਭਗਤੀ ਵਾਲਾ ਪੱਖ ਤੇਰਾ ਵੇਖਦੇ ਆ ਤੇਰੇ ਵਰਗੀ ਭਗਤੀ ਦੁਨੀਆਂ ਤੇ ਕਿਸੇ ਵਰਗੀ ਤੇਰੇ ਵਰਗੀ ਭਗਤੀ ਦੁਨੀਆਂ ਤੇ ਕੋਈ ਹੈ ਨਹੀਂ ਹੈ ਫਿਰ ਜਦੋਂ ਲਾਲਾ ਦੌਲਤ ਰਾਏ ਲਿਖਦਾ ਤੇਰੇ ਵਰਗਾ ਸੂਰਮਾ ਦੁਨੀਆਂ ਤੇ ਬੜੇ ਸੂਰਮੇ ਪੈਦਾ ਹੋਏ ਪਰ ਤੇਰੇ ਵਰਗਾ ਕੋਈ ਸੂਰਮਾ ਉਹ ਵੀ ਨਹੀਂ ਦੁਨੀਆਂ ਤੇ ਪੈਦਾ ਹੋਇਆ ਤੇ ਪਿਆਰਿਓ ਦਾਨੀ ਹੈ ਨਾਮ ਦਾ ਦਾਨੀਆਂ ਦੇ ਬੜੇ ਦੁਨੀਆਂ ਤੇ ਐਸੇ ਦਾਨੀ ਪੈਦਾ ਹੋਏ
राजे जनक वर्गे जेडे सवा सवा मन सोना दान करके प्रशादा छकदे सी, सवा सवा मन सोना दान करके प्रशादा छकन वाले जदों वेखदा दानियां दे विच वी तू निपुण है मालका, सारा परिवार कौम दे सारा परिवार इस देश बदले लाता, चार पुत्र इस देश नूं दान दित्ते ते मालका सूरमिया वाली ते तुसा अत करवा दित्ती। सतगुरु कलगीधर सच्चे पातशाह जदों वेखदे आ ना ਪੰਘਾਣੀ ਦਾ ਜਿਹੜਾ ਯੁੱਧ, ਸਭ ਤੋਂ ਪਹਿਲਾ ਯੁੱਧ ਸਤਿਗੁਰੂ ਸੱਚੇ ਪਾਤਸ਼ਾਹ ਦੇ ਜੀਵਨ ਵਿੱਚ ਹੋਇਆ। ਮੈਂ ਆਪ ਜੀ ਦੇ ਨਾਲ ਜ਼ਿਕਰ ਕਰਦਾ, ਜਦੋਂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਨੇ ਇਹ ਦੇਸ਼ ਬਦਲੇ ਏਡੀ ਵੱਡੀ ਕੁਰਬਾਨੀ ਕੀਤੀ ਤੇ ਚਾਰੇ ਵਰਨਾਂ ਦੇ ਲੋਕਾਂ ਨੇ ਕਲਗੀਧਰ ਸੱਚੇ ਪਾਤਸ਼ਾਹ ਨੂੰ ਨਮਸਕਾਰਾਂ ਕੀਤੀਆਂ। ਇਸੇ ਕਰਕੇ ਸਾਂਝੇ ਰਹਿਬਰ ਸਾਂਝੇ ਪੀਰ ਅੱਜ ਵੀ ਸਭੇ ਸਾਂਝੀ ਵਾਲ ਸਦਾਏ ਨੂੰ ਕੋਈ ਨਾ ਦਿਸੈ ਬਹਦਾ ਜੀਓ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਰਿਆਂ ਦੇ ਸਾਂਝੇ ਸਾਰਿਆਂ ਦੇ ਪੀਰ ਰਹਿਵੇ ਪਾਤਸ਼ਾਹ ਕਲ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਨੂੰ ਸਾਰੀ ਦੁਨੀਆ ਕੁੱਲ ਕਾਇਨਾਤ ਆ ਕੇ ਸੀਸ ਝੁਕਾਉਂਦੀ ਹੈ। ਇੱਥੇ ਸਰਬੱਤ ਦਾ ਹੀ ਭਲਾ ਮੰਗਿਆ ਜਾਂਦਾ ਹੈ। ਜਿੰਨੇ ਵੀ ਧਾਰਮਿਕ ਸਥਾਨ ਨੇ, ਜਿੰਨੇ ਵੀ ਸਿੱਖ ਨੇ ਨਾ, ਸਿੱਖ ਜਦੋਂ ਅਰਦਾਸ ਕਰਦਾ ਹੈ, ਹਰ ਸਿੱਖ ਦੇ ਮੂੰਹ ਚੋਂ ਇਹ ਨਿਕਲਦਾ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਕਿਉਂਕਿ ਸਾਰਿਆਂ ਦਾ ਭਲਾ ਸੋਚਣ ਵਾਲੇ ਗੁਰੂ ਗ੍ਰੰਥ ਸਾਹਿਬ ਮਹਾਰਾਜ, ਇਹਨਾਂ ਨੂੰ ਕੋਈ ਪੜ੍ਹ ਲਵੇ, ਕੋਈ ਬਾਣੀ ਸੁਣ ਲਵੇ, ਕੋਈ ਬਾਣੀ ਪੜ੍ਹ ਲਵੇ, ਬਾਣੀ ਨੇ ਆਪਣੀ ਸ਼ਕਤੀ ਵਰਤਾਉਣੀ ਹੈ, ਬੰਦੇ ਨੂੰ ਜੀਵਨ ਜਾਂਚ ਦੇ ਦੇਣੀ ਹੈ ਤੇ ਬਾਣੀ ਦੀ ਸ਼ਕਤੀ ਨੇ ਏਦਾਂ ਦੇ ਵੜੇ ਹੋਏ ਜਿਨ੍ਹਾਂ ਦਾ ਜੀਵਨ ਪਲਟਿਆ ਪਿਆਰੇ। ਸਿੱਖ ਤੇ ਧੰਨ ਕਲਗੀ ਵਾਲੇ ਸੱਚੇ ਪਾਤਸ਼ਾਹ ਮਹਾਰਾਜ ਨੂੰ ਪਿਆਰ ਕਰਦੇ ਹੀ ਸਨ, ਉੱਤੇ ਪਿਆਰ ਕਰਦੇ ਹੀ ਸਨ, ਪਰ ਧੰਨ ਕਲਗੀਧਰ ਸੱਚੇ ਪਾਤਸ਼ਾਹ ਨੂੰ ਮੁਸਲਮਾਨ ਫਕੀਰਾਂ ਨੇ ਵੀ ਸਭ ਤੋਂ ਪਹਿਲਾਂ ਦੇ ਦਰਸ਼ਨ ਕੀਤੇ। ਜਦੋਂ ਪਟਨਾ ਸ਼ਹਿਰ ਦੀ ਧਰਤੀ ਤੇ ਉਹਨਾਂ ਦਾ ਆਗਮਨ ਹੋਇਆ, ਭੀਖਮ ਸ਼ਾਹ ਆਇਆ ਸੀ ਸਤਿਗੁਰਾਂ ਦੇ ਦਰਸ਼ਨ ਕਰਨ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ ਦਰਸ਼ਨ ਕਰਨ ਵਾਸਤੇ ਜਦੋਂ ਲਖਨੌਰ ਸਾਹਿਬ ਦੀ ਧਰਤੀ ਤੇ ਧੰਨ ਕਲਗੀਧਰ ਸੱਚੇ ਪਾਤਸ਼ਾਹ ਗਏ ਨੇ ਨਾ, ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ ਨਾਨਕਾ ਪਿੰਡ ਹੈ, ਲਖਨੌਰ ਸਾਹਿਬ ਦੀ ਧਰਤੀ ਤੇ ਅੱਜ ਵੀ ਅਸਥਾਨ ਬਣਿਆ ਹੋਇਆ ਅੰਬਾਲੇ ਦੇ ਕੋਲ, ਉੱਥੇ ਸਤਿਗੁਰਾਂ ਦਾ ਆਸਣ ਵੀ ਪਿਆ, ਬੈੱਡ ਪਿਆ, ਤੁਸੀਂ ਜਾਓ ਤੇ ਕਦੇ ਦਰਸ਼ਨ ਕਰਿਓ। ਉੱਥੇ ਅੱਜ ਵੀ ਕਲਗੀਧਰ ਸੱਚੇ ਪਾਤਸ਼ਾਹ ਦਾ ਉਹ ਅਸਥਾਨ ਤੇ ਬੈੱਡ ਬਣਿਆ ਹੋਇਆ, ਫੋਲਡਿੰਗ ਹੋਣ ਵਾਲਾ ਬੈੱਡ, ਜਿਹੜਾ ਪੂਰਾ ਇਕੱਠਾ ਹੋ ਜਾਂਦਾ ਸੀ, ਮੰਜੇ ਹੁੰਦੇ ਸੀ ਨਾ ਆਪਣੇ ਘਰਾਂ ਦੇ ਵਿੱਚ, ਉਹ ਇਕੱਠੇ ਹੋਣ ਵਾਲਾ ਮੰਜਾ, ਉਹ ਬੈੱਡ ਉਸ ਵੇਲਿਆਂ ਦਾ ਕਲਗੀਧਰ ਸੱਚੇ ਪਾਤਸ਼ਾਹ ਦਾ ਉਸ ਅਸਥਾਨ ਤੇ ਪਿਆ। ਧੰਨ ਕਲਗੀਧਰ ਸੱਚੇ ਪਾਤਸ਼ਾਹ ਜਿੱਥੇ ਵੀ ਜਾਂਦੇ ਸਨ ਇੰਨਾ ਪਿਆਰ ਕਰਦੇ ਸਨ ਸਿੱਖ ਕਿ ਸਤਿਗੁਰੂ ਜਿੱਥੇ ਵੀ ਜਾਣ, ਜਿਸ ਸਮੇਂ ਵਿੱਚ ਵੀ ਹੋਈਏ, ਪਰ ਸਤਿਗੁਰਾਂ ਦਾ ਆਸਣ ਵਧੀਆ ਹੋਣਾ ਚਾਹੀਦਾ। ਉਸ ਸਮੇਂ ਦੇ ਹਿਸਾਬ ਦੇ ਨਾਲ ਮਿਸਤਰੀਆਂ ਨੇ ਕਮਾਲ ਕੀਤੀ ਪਈ ਹੈ ਉਸ ਬੈੱਡ ਨੂੰ ਤਿਆਰ ਕਰਨ ਵਿੱਚ। ਲਖਨੌਰ ਸਾਹਿਬ ਦੀ ਧਰਤੀ ਤੇ ਭੀਖਮ ਸ਼ਾਹ ਫਕੀਰ ਸੀ ਜਿਹੜਾ ਮੁਸਲਮਾਨ, ਇਹਦੇ ਨਾਲ ਆਇਆ ਸੀ ਪੀਰ ਬੁੱਧੂ ਸ਼ਾਹ। ਪਹਿਲੀ ਵਾਰ ਕਲਗੀਆਂ ਵਾਲੇ ਦੇ ਦਰਸ਼ਨ ਕੀਤੇ ਸਨ ਇਹਨੇ ਬੁੱਧੂ ਸ਼ਾਹ ਨੇ। ਜਿੱਥੇ ਸਿੱਖ ਪਿਆਰ ਕਰਦੇ ਸਨ ਨਾ ਕਲਗੀਧਰ ਸੱਚੇ ਪਾਤਸ਼ਾਹ ਨੂੰ, ਉੱਥੇ ਮੁਸਲਮਾਨਾਂ ਨੇ ਵੀ ਵਾਹ ਕਮਾਲ ਕੀਤੀ ਪਈ ਹੈ, ਐਸਾ ਇੰਨਾ ਪਿਆਰ ਕਲਗੀਧਰ ਸੱਚੇ ਪਾਤਸ਼ਾਹ ਨੂੰ ਕੀਤਾ ਭਾਈ ਪੀਰ ਬੁੱਧੂ ਸ਼ਾਹ ਨੇ। ਧੰਨ ਕਲਗੀਆਂ ਵਾਲਿਆ, ਤੇਰਾ ਇੰਨਾ ਤੇਜ ਪ੍ਰਤਾਪ ਸੀ ਨਾ, ਜਦੋਂ ਵੀ ਜਿਹੜਾ ਵੀ ਦਰਸ਼ਨ ਕਰ ਲੈਂਦਾ ਸੀ ਨਾ ਬਾਜਾਂ ਵਾਲੇ ਗੁਰੂਆਂ ਦੇ, ਪਹਿਲੀ ਵਾਰ ਦਰਸ਼ਨ ਕੀਤੇ ਸਨ ਪੀਰ ਬੁੱਧੂ ਸ਼ਾਹ ਨੇ,
ਲਖਨੌਰ ਸਾਹਿਬ ਦੀ ਧਰਤੀ ਤੇ ਪਰ ਬਚਨ ਬਿਲਾਸ ਨਹੀਂ ਸੀ ਹੋਇਆ ਵਰਸ ਦਰਸ਼ਨੀ ਕੀਤੇ ਸਨ ਇਹਨੇ ਅੱਜ ਵੀ ਪਿਆਰੋ ਜਿਹੜਾ ਦਰਸ਼ਨ ਕਰਦਾ ਸੀ ਨਾ ਆਨੰਦਪੁਰ ਸਾਹਿਬ ਦੀ ਧਰਤੀ ਤੇ ਅੱਜ ਵੀ ਜਿਹੜਾ ਦਰਸ਼ਨ ਕਰਦਾ ਗੁਰਬਾਣੀ ਦੇ ਜਦੋਂ ਗੁਰਬਾਣੀ ਦੇ ਲੜ ਲੱਗ ਜਾਂਦਾ ਉੱਤੇ ਜਿਹਨੂੰ ਵਾਗਾਂ ਵਾਲੇ ਦਰਸ਼ਨ ਕੀਤੇ ਸਨ ਜਿਸ ਵੇਲੇ ਧੰਨ ਕਲਗੀਧਰ ਸੱਚੇ ਪਾਤਸ਼ਾਹ ਨੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਅੱਜ ਵਾਲਾ ਜਿਹੜਾ ਦਿਨ ਹੈ ਨਾ ਹੋਲਾ ਮਹੱਲਾ ਬਣਾਇਆ ਸਤਿਗੁਰਾਂ ਨੇ ਅੱਜ ਜਿਹੜਾ ਨਾ ਖਾਲਸੇ ਦਾ ਹੋਲਾ ਮਹੱਲਾ ਤੇ ਅੱਜ ਪਿਆਰੋ ਬੜੇ ਖੁਸ਼ੀਆਂ ਚਾਵਾਂ ਦੇ ਨਾਲ ਆਨੰਦਪੁਰ ਸਾਹਿਬ ਦੀ ਧਰਤੀ ਤੇ ਬੜੇ ਥਾਵਾਂ ਤੇ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦਾ ਇਹ ਪਾਵਨ ਲੋਕੀ ਹੋਲੀ ਮਨਾਉਂਦੇ ਸਨ ਪਰ ਧੰਨ ਕਲਗੀਧਰ ਸੱਚੇ ਪਾਤਸ਼ਾਹ ਨੇ ਇਹ ਜਿਹੜਾ ਹੋਲੀ ਦਾ ਤਿਉਹਾਰ ਸੀ ਇਹ ਹਿੰਦੂ ਧਰਮ ਦੇ ਵਿੱਚ ਜਿਹੜੇ ਐਸੇ ਤਿਉਹਾਰ ਸਨ ਨਾ ਇਹ ਵੱਖੋ ਵੱਖ ਲੋਕਾਂ ਨੇ ਵੰਡ ਰੱਖੇ ਸਨ ਜੇ ਮੈਂ ਇਸ ਪਾਸੇ ਗੱਲ ਕਰਾਂ ਤਾਂ ਬੜਾ ਸਮਾਂ ਲੱਗ ਜਾਣਾ ਇਹ ਹੋਲੀ ਦਾ ਜਿਹੜਾ ਤਿਉਹਾਰ ਇਸ ਪਾਸੇ ਇਸ ਕਰਕੇ ਜਿਹੜਾ ਇਹ ਹੋਲੀ ਦਾ ਤਿਉਹਾਰ ਸੀ ਨਾ ਆਮ ਜਿਹੜੇ ਆਪਾਂ ਲੋਕ ਸਾਂ ਇਹਨਾਂ ਨੂੰ ਦੇ ਰੱਖਿਆ ਸੀ ਜਿਹੜੇ ਬਾਕੀ ਦੇ ਤਿਉਹਾਰ ਸੀ ਵੱਖੋ ਵੱਖ ਲੋਕਾਂ ਨੇ ਵੰਡੇ ਹੋਏ ਸਨ ਕਿ ਇਹ ਤਿਉਹਾਰ ਜਿਹੜੇ ਆਪਣੇ ਲੋਕ ਆਮ ਲੋਕ ਜਿਹੜੇ ਮਨਾਉਂਦੇ ਸਨ ਨਾ ਜਦੋਂ ਇਹ ਦਿਨ ਆ ਜਾਂਦਾ ਲੋਕੀ ਇੱਕ ਦੂਸਰੇ ਤੇ ਗੋਹਾ ਸੁੱਟਦੇ ਕਾਰਾ ਸੁੱਟਦੇ ਏਦਾਂ ਮਨਾਈ ਜਾਂਦੀ ਸੀ ਹੋਲੀ ਤੇ ਆਪਾਂ ਵੀ ਇਹ ਵੇਖਿਆ ਦਾ ਬੜਾ ਬੁਰਾ ਹਾਲ ਹੋ ਜਾਂਦਾ ਸੀ ਹੋਲੀ ਵਾਲੇ ਦਿਨ ਇਹ ਤਿਉਹਾਰ ਆਪਾਂ ਨੂੰ ਦੇ ਰੱਖਿਆ ਸੀ ਕਹਿੰਦੇ ਇਹ ਤੁਸੀਂ ਮਨਾਓ
ਕਾਲ ਦੇ ਨਾਲ ਇੱਕ ਦੂਸਰੇ ਨੂੰ ਲਵੇੜ ਦੇਣਾ। ਪਰ ਜਦੋਂ ਗੁਰ ਕਲਗੀਧਰ ਸੱਚੇ ਪਾਤਸ਼ਾਹ ਨੇ ਵੇਖਿਆ ਨਾ ਉਹ ਤੇ ਆਈ ਪਰਮ ਪੁਰਖ ਕੋ ਦਾਸਾ, ਮੈਂ ਹਾਂ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸਾ। ਉੱਤੇ ਆਏ ਇਸ ਕਲ ਨੂੰ ਸੀ ਨੀਚੋਂ ਊਚ ਕਰੇ ਮੇਰਾ ਗੋਬਿੰਦ, ਉੱਤੀ ਬਿਠਾਉਣੀ ਤਖਤਾਂ ਤੇ ਸਾਨੂੰ ਆਏ ਸੀ, ਉੱਤੇ ਰਾਜ ਦੇਣ ਵਾਸਤੇ ਸਰਦਾਰੀਆਂ ਦੇਣ ਵਾਸਤੇ ਸਾਨੂੰ ਆਏ ਸਨ। ਜਦੋਂ ਕਲਗੀਧਰ ਸੱਚੇ ਪਾਤਸ਼ਾਹ ਨੇ ਇਹ ਵੇਖਿਆ ਤਾਂ ਸਤਿਗੁਰਾਂ ਨੇ ਕਿਹਾ, ਪਿਆਰਿਓ ਐਤਕੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਹੋਲੀ ਨਹੀਂ, ਐਤਕੀ ਖਾਲਸਾ ਹੋਲਾ ਮਨਾਏਗਾ। ਹੋਲਾ ਮਹੱਲਾ ਇਦਾਂ ਦੇ ਨਾਲ ਮਨਾਇਆ ਫਿਰ ਸਤਿਗੁਰਾਂ ਨੇ ਨਾ, ਨੰਗਾਰੇ ਵੜੇ ਗਏ ਤੇ ਸਤਿਗੁਰਾਂ ਨੇ ਫੌਜਾਂ ਤਿਆਰ ਕੀਤੀਆਂ, ਸਿੰਘ ਗੱਤਕਾ ਖੇਡਦੇ ਨੇ। ਭਾਵੇਂ ਆਹ ਜਿਹੜਾ ਸਤਿਗੁਰੂ ਜੀ ਕਹਿੰਦੇ ਰੰਗ ਹੈ ਨਾ ਤੁਸੀਂ ਲਾਈ ਫਿਰਦੇ ਹੋ, ਇਹ ਤੇ ਕੱਚਾ ਰੰਗ ਹੈ, ਇਹ ਤੇ ਥੋੜੇ ਦਿਨਾਂ ਦਾ, ਇਹ ਤੇ ਲਹਿਰ ਆਏਗਾ ਘੰਟੇ ਬਾਅਦ ਅਗਲਾ ਮੂੰਹ ਧੋ ਲਏਗਾ। ਪਰ ਸਤਿਗੁਰੂ ਜੀ ਕਹਿੰਦੇ ਐਸਾ ਰੰਗ ਲਾ ਕੇ ਦੇਵਾਂਗਾ, ਆਹ ਰੰਗ ਹੋਵੇ ਜਿਨ੍ਹਾਂ ਨੂੰ ਨਾਮ ਦਾ ਰੰਗ ਲੱਗਿਆ। ਲਾਲ ਰੰਗ ਜਿਸਕੇ ਲੱਗਾ ਤਿਸਕੇ ਵਡਭਾਗਾ, ਮੈਲਾ ਕਦੇ ਨਾ ਹੋਵੇ ਹੀ ਮੈਂ ਲਾਗਾ ਦਾਗਾ। ਕਹਿੰਦੇ ਐਸੇ ਰੰਗ ਨਾਲ, ਨਾਮ ਦੇ ਰੰਗ ਦੇ ਨਾਲ ਹੋਲੀ ਖੇਡੋ। ਫਿਰ ਸਤਿਗੁਰਾਂ ਨੇ ਕਿਹਾ ਇਹ ਹੋਏਗੀ ਹੋਲੀ ਕਿਸੇ ਦੀ ਪਤਾ ਨਹੀਂ, ਪਰ ਅੱਜ ਵਾਲੇ ਦਿਨ ਸਤਿਗੁਰੂ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ ਕਿਹਾ ਸੀ, ਪਿਆਰਿਓ ਆਨੰਦਪੁਰ ਸਾਹਿਬ ਦੀ ਧਰਤੀ ਤੇ ਖਲੋ ਕੇ ਬਾਜਾਂ ਵਾਲੇ ਸਤਿਗੁਰੂ ਜੀ ਕਹਿੰਦੇ ਸਾਰੇ ਪੜੇ ਹੋਏ ਇੱਕ ਵਾਰੀ, ਲੋਕਾਂ ਦੀਆਂ ਹੋਲੀਆਂ ਤੇ ਖਾਲਸੇ ਦਾ ਹੋਲਾ ਏ, ਲੋਕਾਂ ਦੀਆਂ ਹੋਲੀਆਂ ਖਾਲਸੇ ਦਾ ਹੋਲਾ ਏ, ਲੋਕਾਂ ਦੀਆਂ ਹੋਲੀਆਂ ਤੇ 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 ਖਾਲਸੇ ਦਾ ਹੋਲਾ ਏ, ਕਹਿੰਦੇ ਲੋਕਾਂ ਦੀਆਂ ਬੋਲੀਆਂ ਨੇ ਜਿਹੜੇ ਨਿਹੰਗ ਸਿੰਘਾਂ ਨੇ ਬੋਲੇ ਨੇ, ਤੁਸੀਂ ਜਦੋਂ ਪੜੋਗੇ ਸੁਣੋ, ਏਦਾਂ ਦੇ ਬੋਲੇ ਨੇ ਨਿਹੰਗ ਸਿੰਘਾਂ ਦੇ ਜਿਨ੍ਹਾਂ ਨੇ ਸੁਣਿਆ ਉਹ ਦੱਸਦੇ। ਕਲਗੀਧਰ ਸੱਚੇ ਪਾਤਸ਼ਾਹ ਕਹਿੰਦੇ ਵੇਖੋ ਐ ਗੁਰਸਿੱਖੋ, ਲੋਕਾਂ ਦੀਆਂ ਬੋਲੀਆਂ ਤੇ ਖਾਲਸੇ ਦਾ ਬੋਲਾ ਏ, 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 ਲੋਕਾਂ ਦੀਆਂ ਬੋਲੀਆਂ ਤੇ ਖਾਲਸੇ ਦਾ ਬੋਲਾ ਏ।
ਖਾਲਸੇ ਦਾ ਹੋਲਾ ਏ ਲੋਕਾਂ ਦੀਆਂ ਬੋਲੀਆਂ ਤੇ ਖਾਲਸੇ ਦਾ ਬੋਲਾ ਏ ਖਾਲਸੇ ਦੇ ਬੋਲੇ ਨੇ ਨਾ ਜਿਹੜੇ ਪਿਆਰਿਓ ਵੱਡੇ ਬਾ ਖੂਬੀਅਤ ਦੇ ਨਾਲ ਲਿਖੇ ਨੇ ਸਿੰਘਾਂ ਦੇ ਬੋਲੇ ਨੇ ਜਿਹੜੇ ਤੇ ਪਿਆਰਿਓ ਇਹਨਾਂ ਨੇ ਨਿਹੰਗ ਸਿੰਘਾਂ ਨੇ ਜਿਹੜੇ ਬੋਲੇ ਨੇ ਨਾ ਜਦੋਂ ਪੜ੍ਹ ਕੇ ਸੁਣਾਈ ਦੇ ਨੇ ਨਾ ਉਹ ਅਗਲਾ ਵੇਖਣ ਵਾਲਾ ਹੈਰਾਨ ਰਹਿ ਜਾਂਦਾ ਜਦੋਂ ਸਿੰਘ ਇੱਦਾਂ ਦੇ ਸਮਿਆਂ ਵਿੱਚ ਹੁੰਦੇ ਸਨ ਨਾ ਉਹ ਡੋਲਦੇ ਕਿਉਂ ਨਹੀਂ ਸਨ ਉਹਨਾਂ ਦੇ ਬੋਲੇ ਹੀ ਇੱਦਾਂ ਦੇ ਸਨ ਜਦੋਂ ਜੰਗਲਾਂ ਦੇ ਵਿੱਚ ਸਿੰਘਾਂ ਨੇ ਥੋੜੇ ਰਹਿ ਜਾਣਾ ਔਰ ਜਦੋਂ ਇੱਦਾਂ ਦੇ ਸਮੇਂ ਵਿੱਚ ਪੰਡਾਲ ਲੱਗਿਆ ਹੁੰਦਾ ਸੀ ਤੇ ਉਸ ਵੇਲੇ ਜਿਹੜੇ ਖਬਰਦਾਰੀ ਹੁੰਦੇ ਸਨ ਪਹਾੜੀ ਰਾਜਿਆਂ ਦੇ ਔਰੰਗਜ਼ੇਬ ਬਾਦਸ਼ਾਹ ਤੇ ਵਿਰੋਧ ਕਰਦਾ ਹੀ ਸੀ ਜਦੋਂ ਇੱਦਾਂ ਸਤਿਗੁਰਾਂ ਦੇ ਦਰ ਤੇ ਆਉਣਾ ਤੇ ਸੰਗਤਾਂ ਦੇ ਵਿੱਚ ਜਦੋਂ ਤੰਬੂਆਂ ਦੇ ਵਿੱਚ ਬੈਠ ਕੇ ਜਿੱਥੇ ਮੀਟਿੰਗ ਚੱਲਦੀ ਸੀ ਉੱਥੇ ਜਿਹੜੇ ਜਿਵੇਂ ਅੱਜ ਪੱਤਰਕਾਰ ਆਉਂਦੇ ਨੇ ਖਬਰ ਲੈਣ ਵਾਸਤੇ ਉਧਰੋਂ ਖਬਰਦਾਰੀ ਹੁੰਦੇ ਸਨ ਤੇ ਉਦੋਂ ਖਾਲਸੇ ਨੇ ਬੋਲੇ ਬੋਲਣੇ ਉਹ ਹੈਰਾਨ ਹੋ ਜਾਂਦਾ ਸੀ ਸੁਣਨ ਵਾਲਾ ਬੈਠਾ ਜਾਂਦਾ ਸੀ ਜਿਹੜਾ ਤੇ ਜਦੋਂ ਕਹਿੰਦੇ ਨਾ ਇਹ ਜਦੋਂ ਜਿਹੜੇ ਆਮ ਆਪਾਂ ਜੀ ਨੂੰ ਪਿਆਜ਼ ਗੰਢੇ ਕਹਿ ਦਿੰਦੇ ਆ ਤੇ ਖਾਲਸਾ ਇਹਨੂੰ ਕਹਿੰਦਾ ਸੀ ਬੰਬ ਤੇ ਇੱਕ ਲੱਖ ਇੱਕ ਬੰਦੇ ਨੂੰ ਕਹਿੰਦਾ ਸੀ ਸਵਾ ਲੱਖ ਤੇ ਜਿਹੜੇ ਨੂੰ ਦਿਸਦਾ ਨਹੀਂ ਉਹਨੂੰ ਕਹਿੰਦੇ ਇਹ ਸੁਜਾਖਾ ਕਹਿੰਦੇ ਨਾ ਜਦੋਂ ਹੁਣ ਇੱਦਾਂ ਬੈਠੇ ਹੁੰਦੇ ਜਿਹੜੇ ਸੂਈਏ ਹੁੰਦੇ ਸਨ ਉਹ ਬੈਠੇ ਤੇ ਇੱਕ ਵਾਰ ਗੱਲਾਂ ਕਰਨ ਸਿੰਘ ਕਹਿੰਦੇ ਬਈ ਉਹ ਸਵਾ ਲੱਖ ਫੌਜ ਕਿੱਧਰ ਗਈ ਇੱਥੇ ਬੈਠੀ ਸੀ ਸਵਾ ਲੱਖ ਫੌਜ ਕਹਿੰਦੇ ਸਵਾ ਲੱਖ ਫੌਜ ਉਹ ਲੈਣ ਗਿਆ ਸੀ ਗੰਢੇ ਉਹ ਕਹਿੰਦੇ ਸਵਾ ਲੱਖ ਫੌਜ ਤੇ ਜੀ ਬੰਬ ਲੈਣ ਗਈ ਹੈ ਉਹ ਸੁਣਨ ਵਾਲੇ ਜਿਹੜੇ ਸਨ ਉਹ ਵੇਖ ਕੇ ਹੈਰਾਨ ਹੋ ਜਾਂਦੇ ਜੀ ਸਵਾ ਲੱਖ ਫੌਜ ਇਹਨੇ ਬੰਬ ਪਤਾ ਨੀ ਕਿੰਨੇ ਕੁ ਲੈ ਕੇ ਹੋਣਗੇ ਹੈਰਾਨ ਹੋ ਜਾਂਦੇ ਸਨ ਏਦਾਂ ਉਹਨਾਂ ਦੇ ਵਿੱਚ ਜਿਹੜੇ ਬੋਲੇ ਸਨ ਕਲਗੀਧਰ ਸੱਚੇ ਪਾਤਸ਼ਾਹ ਕਹਿੰਦੇ ਲੋਕਾਂ ਦੀਆਂ ਬੋਲੀਆਂ ਨੇ ਤੇ ਖਾਲਸੇ ਦਾ ਜਿਹੜਾ ਬੋਲਾ ਹੈ ਉਹਨਾਂ ਵਿੱਚ ਹੀ ਵੱਡੀ ਤਾਕਤ ਹੈ ਇਹ ਕਦੇ ਪੜ੍ਹ ਕੇ ਵੇਖਿਓ ਤੁਸੀਂ ਬੋਲੇ ਨੇ ਜਿਹੜੇ ਜਿਵੇਂ ਆਹ ਰੇਲ ਗੱਡੀ ਨੂੰ ਕਹਿੰਦੇ ਨੇ ਭੂਤਨੀ ਤੇ ਇੰਜਣ ਨੂੰ ਤੇਜਾ ਸੋ ਨਿਹੰਗ ਸਿੰਘਾਂ ਦੇ ਬੋਲ ਨੇ ਜਿਹੜੇ ਕਹਿੰਦੇ ਭਾਈ ਇੱਕ ਵਾਰੀ ਸਿੰਘਾਂ ਨੂੰ ਨਾ ਚੜ੍ਹਾਉਣ ਦਿੱਤਾ ਰੇਲ ਗੱਡੀ ਵਾਲੇ ਨੇ ਉਹ ਕਹਿੰਦੇ ਤੂੰ ਚੜ੍ਹਾਉਣਾ ਚੜ੍ਹਾ ਨਹੀਂ ਅਸੀਂ ਆਪਦਾ ਤੇਜਾ ਸੋ ਲੈ ਜਾਂਦੇ ਹਾਂ ਏਦਾਂ ਸਿੰਘਾਂ ਦੇ ਜਿਹੜੇ ਬੋਲੇ ਸਨ ਧੰਨ ਕਲਗੀਧਰ ਸੱਚੇ ਪਾਤਸ਼ਾਹ ਕਹਿੰਦੇ ਹੋਏਗੀ ਹੋਲੀ ਕਿਸੇ ਦੀ ਪਰ ਖਾਲਸੇ ਨੇ ਅੱਜ ਤੋਂ ਇਸ ਦਿਨ ਹੋਲਾ ਮਹੱਲਾ ਕੱਢਣਾ ਹੈ ਗੱਤਕਿਆਂ ਦੇ ਜੋਰ ਜਦੋਂ ਏਦਾਂ ਰਣਜੀਤ ਨਗਾਰੇ ਵੱਜੇ ਤੇ ਪਹਾੜੀ ਰਾਜੇ ਜਾਂ ਸਨ ਨਾ ਜਿਹੜੇ ਔਰੰਗਜ਼ੇਬ ਬਾਦਸ਼ਾਹ ਇਹ ਨਹੀਂ ਸੀ ਚਾਹੁੰਦਾ ਉਹਨੇ ਜਦੋਂ ਵੇਖਿਆ ਖਬਰਾਂ ਭੁੱਜੀਆਂ ਤੇ ਪਿਆਰੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੂੰ ਫਿਰ ਇਹ ਜਿਹੜਾ ਹਰੀ ਚੰਦ ਰਾਜਾ ਭੀਮ ਚੰਦ ਰਾਜਾ ਇਹ ਸਾਰਿਆਂ ਨੇ ਹਰੀ ਚੰਦ ਹੰਡੂਰੀਆ ਭੀਮ ਚੰਦ ਇਹ ਸਾਰੇ ਪਹਾੜੀ ਰਾਜਿਆਂ ਨੇ ਜਦੋਂ ਰਹਿ ਮਸ਼ਵਰਾ ਸਾਰਿਆਂ ਨੇ ਮੀਟਿੰਗ ਕੀਤੀ ਭੀਮ ਚੰਦ ਰਾਜਾ ਰਾਜਾ ਰਤਨ ਰਾਏ ਧੰਨ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੂੰ ਭੇਟਾ ਦੇ ਕੇ ਗਿਆ ਸੀ ਪੰਜ ਕਲਾ ਸ਼ਸਤਰ ਇੱਕ ਪ੍ਰਸ਼ਾਦੀ ਹਾਥੀ ਚੰਦਨ ਦੀ ਚੌਂਕੀ ਤੇ ਇੱਕ ਪਿਆਰਿਓ ਜੋ ਚੰਦੋਆ ਸਾਹਿਬ ਸਤਿਗੁਰਾਂ ਨੂੰ ਪੰਜ ਭੇਟਾ ਰਾਜਾ ਰਤਨ ਰਾਏ ਦੇ ਕੇ ਗਿਆ ਸੀ ਇਹਦਾ ਜਨਮ ਸੀ ਜਿਹੜਾ ਇਹ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਬੋਲਾਂ ਦੇ ਨਾਲ ਹੋਇਆ ਸੀ ਇਸ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਬੋਲ ਕਰਕੇ ਗਏ ਸਨ ਰਾਜਾ ਰਤਨ ਰਾਏ ਜਦੋਂ ਇਹ ਚੀਜ਼ਾਂ ਲੈ ਕੇ ਆਇਆ ਤੇ ਦੇਵੀ ਚੰਦ ਇਹ ਭੀਮ ਚੰਦ ਰਾਜੇ ਦਾ ਵਜ਼ੀਰ ਸੀ ਇਹ ਕਲਗੀਧਰ ਸੱਚੇ ਪਾਤਸ਼ਾਹ ਨਾਲ ਬੜੀ ਸ਼ਰਧਾ ਰੱਖਦਾ ਸੀ ਪ੍ਰੇਮ ਰੱਖਦਾ ਸੀ ਉਹਨੇ ਜਦੋਂ ਭੀਮ ਚੰਦ ਰਾਜੇ ਨੂੰ ਜਾ ਕੇ ਕਲਗੀਧਰ ਦੇ ਦਰਬਾਰ ਬਾਰੇ ਦੱਸਿਆ ਜਦੋਂ ਦੱਸਿਆ ਕਲਗੀਧਰ ਸੱਚੇ ਪਾਤਸ਼ਾਹ ਦੀ ਉਹਦੀ ਸਿਫਤ ਸਲਾਹ ਕੀਤੀ ਜਦੋਂ ਤੇ ਭੀਮ ਚੰਦ ਰਾਜੇ ਦੇ ਮਨ ਵਿੱਚ ਵੀ ਆਇਆ ਮੈਂ ਵੀ ਦਰਸ਼ਨ ਕਰਾਂ ਲੱਗਾ ਜਦੋਂ ਇਹਨੇ ਆ ਕੇ ਦਰਸ਼ਨ ਕੀਤੇ ਨਾ ਆਨੰਦਪੁਰ ਸਾਹਿਬ ਦੀ ਧਰਤੀ ਤੇ ਵੱਖ ਰਾਜੇ ਮਹਾਰਾਜਿਆਂ ਵਾਲਾ ਇਹਦਾ ਮਾਨ ਸਨਮਾਨ ਕਲਗੀਧਰ ਸੱਚੇ ਪਾਤਸ਼ਾਹ ਨੇ ਵੱਡੀ ਸੇਵਾ ਸੰਭਾਲਣ ਸਿੰਘਾਂ ਨੂੰ ਕਿਹਾ ਕਿ ਰਾਜਾ ਏ ਇਹਨੂੰ ਉਸੇ ਪ੍ਰਕਾਰ ਦੇ ਨਾਲ ਗੁਰੂ ਘਰ ਦੇ ਵਿੱਚੋਂ ਇਹਦਾ ਮਾਨ ਸਨਮਾਨ ਹੋਵੇ ਦੁਨੀਆਂ ਦਾ ਰਾਜਾ ਆ ਰਿਹਾ ਤੇ ਜਦੋਂ ਭੀਮ ਚੰਦ ਨੇ ਆ ਕੇ ਇਹਦਾ ਵੇਖਿਆ ਜਦੋਂ ਕਲਗੀਧਰ ਸੱਚੇ ਪਾਤਸ਼ਾਹ ਦੇ ਦਰਬਾਰ ਵਿੱਚ ਗਿਆ ਇਹ ਜਿਹੜਾ ਪ੍ਰਸ਼ਾਦੀ ਹਾਥੀ ਸੀ ਇਹ ਆਇਆ
ਇਹਦੇ ਜਿਹੜਾ ਪ੍ਰਸ਼ਾਦੀ ਹਾਥੀ ਹੈ ਇਹਦੇ ਵਿੱਚ ਗੁਣ ਹੁੰਦੇ ਨੇ, ਇਹਦੇ ਵਿੱਚ ਬਹੁਤ ਤਕੜੇ ਗੁਣ ਹੁੰਦੇ ਨੇ। ਇਹਦੇ ਸੁੰਡ ਤੋਂ ਲੈ ਕੇ ਢੂਈ ਤੱਕ ਪੂਛ ਤੱਕ ਇੱਕ ਚਿੱਟੀ ਲਕੀਰ ਹੁੰਦੀ ਹੈ ਪ੍ਰਸ਼ਾਦੀ ਹਾਥੀ ਵਿੱਚ। ਵੱਡਾ ਮਹਿੰਗੀ ਕੀਮਤ ਦਾ ਮਧਰੇ ਕੱਦ ਦਾ ਹੁੰਦਾ ਹੈ। ਇਹਦੇ ਧੂਏਂ ਦੇ ਵਿੱਚ ਚਿੱਟੀ ਲਕੀਰ ਸੀ। ਇਹ ਆਇਆ ਪ੍ਰਸ਼ਾਦੀ ਹਾਥੀ ਆਇਆ, ਸਤਿਗੁਰੂ ਜੀ ਤਖ਼ਤ ਤੇ ਵਿਰਾਜਮਾਨ ਨੇ ਤੇ ਇਹ ਪ੍ਰਸ਼ਾਦੀ ਹਾਥੀ ਨੇ ਗੜਬਾ ਲਿਆ ਪਾਣੀ ਵਾਲਾ, ਸਤਿਗੁਰਾਂ ਦੇ ਚਰਨ ਧੋਤੇ ਹਾਥੀ ਨੇ ਚਰਨ ਧੋਤੇ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਚੌਰ ਫੜ ਕੇ ਚੌਰ ਫੇਰਿਆ, ਚੰਦਨ ਦੀ ਚੌਂਕੀ ਲਾਈ ਸਤਿਗੁਰਾਂ ਦੇ ਵਾਸਤੇ। ਤੇ ਜਦੋਂ ਇਹ ਸਾਰੀਆਂ ਪੰਜ ਕਲਾਂ ਸ਼ਸਤਰ ਉਹ ਸਾਰਾ ਕੁਝ ਜਦੋਂ ਵੇਖਿਆ ਨਾ ਭੀਮ ਚੰਦ ਰਾਜੇ ਨੇ, ਇਹ ਸੁਣ ਕੇ ਵੇਖ ਕੇ ਹੈਰਾਨ ਹੋ ਗਿਆ, ਇਹਦਾ ਕਾਲਜਾ ਮੱਚ ਗਿਆ। ਜਦੋਂ ਏਦਾਂ ਦਾ ਸਾਰਾ ਕੁਝ ਵੇਖਿਆ ਨਾ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰਬਾਰ ਦੀ ਜਿਹੜੀ ਸ਼ੋਭਾ ਵੇਖੀ ਨਾ ਜਦੋਂ ਇਹਨੇ, ਇਹਤੋਂ ਜਰੀ ਨਾ ਗਈ ਵੇਖੀ ਨਾ ਗਈ। ਕਹਿੰਦੇ ਧੰਨ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸ਼ਾਨ ਸੌਖਤ ਵੇਖ ਕੇ ਨਾ ਇਹਦਾ ਜਿਹੜਾ ਦਿਲ ਸੀ ਨਾ ਇਹਦਾ ਬੇਈਮਾਨ ਹੋ ਗਿਆ ਉੱਥੇ। ਬੈਰੀ ਦੀਆਂ ਨਜ਼ਰਾਂ ਬਦਲ ਗਈਆਂ, ਬੈਰੀ ਦੀਆਂ ਨਜ਼ਰਾਂ ਬਦਲ ਗਈਆਂ, ਬੈਰੀ ਦੀਆਂ ਨਜ਼ਰਾਂ, ਬੈਰੀ ਦੀਆਂ ਨਜ਼ਰਾਂ ਬਦਲ ਗਈਆਂ, 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 ਫਕੀਰ ਦੇ ਏਦਾਂ ਦੇ ਸ਼ਸਤਰ ਏਦਾਂ ਦੇ ਹਾਥੀ ਇਹ ਜਿਹੜੀਆਂ ਚੀਜ਼ਾਂ ਇਹ ਨਹੀਂ ਇਹਨਾਂ ਕੋਲ ਚਾਹੀਦੀਆਂ। ਤੇ ਫਿਰ ਪਿਆਰੋ ਭੀਮ ਚੰਦ ਰਾਜੇ ਨੇ ਨਾ ਇਹ ਆ ਗਿਆ ਵਾਪਸ ਸੜ ਵੱਲ ਕੇ ਆਪਣੇ ਰਾਜ ਵਿੱਚ। ਫਿਰ ਇਹਦੇ ਕਾਰਨ ਇਹਦੇ ਪੁੱਤਰ ਦਾ ਸਗਨ ਸੀ, ਭੀਮ ਚੰਦ ਰਾਜੇ ਦੇ ਪੁੱਤਰ ਦਾ, ਰਾਜਾ ਫਤਿਹ ਸ਼ਾਹ ਇਹ ਰਾਜੇ ਦੀ ਲੜਕੀ ਦੇ ਨਾਲ ਇਹਨੇ ਆਉਣਾ ਸੀ ਸਗਨ ਪਾਉਣ ਵਾਸਤੇ ਭੀਮ ਚੰਦ ਰਾਜੇ ਦੇ ਪੁੱਤਰ ਨੂੰ। ਇਹਨੇ ਆਪਣੇ ਵਜ਼ੀਰ ਨੂੰ ਕਿਹਾ ਜਾ ਤੂੰ ਕਲਗੀਆਂ ਵਾਲੇ ਤੋਂ ਉਹ ਜਿਹੜੀਆਂ ਪੰਜੇ ਚੀਜ਼ਾਂ ਨਾ ਮੇਰੇ ਦਰਬਾਰ ਵਿੱਚ ਲੈ ਕੇ ਆ। ਇਹ ਰਾਜੇ ਮਹਾਰਾਜਿਆਂ ਦੇ ਦਰਬਾਰ ਵਿੱਚ ਸੋਮਦੀ ਹੈ, ਉਹ ਤੇ ਇੱਕ ਫਕੀਰ ਹੈ, ਉਹਦੇ ਕੋਲੇ ਹਾਥੀ ਘੋੜੇ ਸ਼ਸਤਰ ਉਹਦੇ ਕੋਲੇ, ਉਹਨੇ ਕੀ ਕਰਾਉਣੇ ਨੇ। ਏਦਾਂ ਪਿਆਰਿਓ ਫਿਰ ਰਾਜੇ ਭੀਮ ਚੰਦ ਨੇ ਵਜ਼ੀਰ ਭੇਜਿਆ ਤੇ ਇੱਕ ਦੇਵੀ ਚੰਦ ਦੇ ਨਾਲ ਇੱਕ ਇਹਦਾ ਪੰਡਿਤ ਪੁਰੋਹਿਤ ਭੇਜਿਆ ਜਿਹਦਾ ਨਾਮ ਇਤਿਹਾਸ ਵਿੱਚ ਪੰਮਾ ਆਇਆ, ਉਹਦਾ ਨਾਮ ਪੰਮਾ ਸੀ, ਪੰਡਾ ਪੰਮਾ ਪੁਰੋਹਿਤ।
ਉਹਨੂੰ ਭੇਜਿਆ। ਸਤਿਗੁਰਾਂ ਨੇ ਜਵਾਬ ਦੇ ਦਿੱਤਾ ਕਿਉਂਕਿ ਜਿਹੜੀ ਚੀਜ਼ ਇੱਥੇ ਭੇਟਾ ਕੀਤੀ ਜਾਂਦੀ ਹੈ ਉਹ ਸੰਗਤ ਦੀ ਹੈ, ਤੇ ਜਿਹੜੀ ਸਤਿਗੁਰਾਂ ਦੇ ਵਾਸਤੇ ਚੀਜ਼ ਭੇਟਾ ਕੀਤੀ ਜਾਂਦੀ ਹੈ ਸਤਿਗੁਰੂ ਉਹ ਚੀਜ਼ ਨੂੰ ਅਸੀਂ ਨਹੀਂ ਦੇ ਸਕਦੇ। ਜਵਾਬ ਦਿੱਤਾ ਤਾਂ ਫਿਰ ਇਹਨੇ ਸਾਰੇ ਰਾਜਿਆਂ ਦੇ ਨਾਲ ਰਾਜਾ ਫਤਿਹ ਸ਼ਾਹ ਇਹ ਕਲਗੀਧਰ ਸੱਚੇ ਪਾਤਸ਼ਾਹ ਦੇ ਦਰਸ਼ਨ ਇਹਨੇ ਕੀਤੇ ਸੀ, ਇਹ ਸ਼ਰਧਾਲੂ ਸੀ। ਪਰ ਭੀਮ ਚੰਦ ਜਿਸ ਦਿਨ ਆਪਣੇ ਸਪੁੱਤਰ ਨੂੰ ਵਿਆਹੁਣ ਗਿਆ ਨਾ ਇਹਦੇ ਘਰ, ਇਹ ਫਤਿਹ ਸ਼ਾਹ ਰਾਜੇ ਨੂੰ ਕਹਿੰਦਾ ਜੇ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਨੇ ਭੇਜੇ ਸਨ ਬੜੇ ਸੁੰਦਰ ਗਹਿਣੇ, ਬੜੇ ਸੁੰਦਰ ਜਿਹੜੀਆਂ ਪੁਸ਼ਾਕਾਂ ਸਤਿਗੁਰਾਂ ਨੇ ਕਲਗੀਧਰ ਸੱਚੇ ਪਾਤਸ਼ਾਹ ਫਤਿਹ ਸ਼ਾਹ ਮੈਂ ਇਸ ਫਤਿਹ ਸ਼ਾਹ ਦੀ ਲੜਕੀ ਵਾਸਤੇ, ਜਿਵੇਂ ਆਪਾਂ ਕਿਸੇ ਦੀ ਲੜਕੀ ਦਾ ਵਿਆਹ ਹੁੰਦਾ ਆਪਾਂ ਸੂਟ ਚੰਗੀਆਂ ਚੀਜ਼ਾਂ ਸਤਿਗੁਰੂ ਜੀ ਨੇ ਭੇਜੀਆਂ। ਤੇ ਜਦੋਂ ਇਹਨੂੰ ਪਤਾ ਲੱਗਿਆ ਕਿ ਸਿੰਘ ਆ ਰਹੇ ਨੇ, ਇੱਥੇ ਪਹਿਲੀ ਕਲਗੀਧਰ ਸੱਚੇ ਪਾਤਸ਼ਾਹ ਦਾ ਵਿਰੋਧ ਕਰਦਾ ਸੀ, ਇਹਨੇ ਜਦੋਂ ਵੇਖਿਆ ਤੇ ਇਹਨੇ ਫਤਿਹ ਸ਼ਾਹ ਨੂੰ ਕਿਹਾ ਕਿ ਜਾ ਕੇ ਇਹ ਚੀਜ਼ਾਂ ਮੋੜ ਦੇ, ਨਹੀਂ ਫਿਰ ਮੈਂ ਤੇਰੀ ਲੜਕੀ ਦਾ ਡੋਲਾ ਨਹੀਂ ਲੈ ਕੇ ਜਾਣਾ। ਭੀਮ ਚੰਦ ਰਾਜਾ ਫਤਿਹ ਸ਼ਾਹ ਰਾਜੇ ਨੂੰ ਕਹਿੰਦਾ ਇਹ ਚੀਜ਼ਾਂ ਇਹਨਾਂ ਦੀਆਂ ਵਾਪਸ ਕਰ ਦੇ, ਨਹੀਂ ਤੇਰੀ ਲੜਕੀ ਦਾ ਡੋਲਾ ਇੱਥੇ ਹੀ ਛੱਡ ਕੇ ਜਾਵਾਂਗਾ। ਉਹਨੇ ਬਥੇਰੇ ਤਰਲੇ ਮਿੰਤਾਂ ਕੀਤੀਆਂ ਕਿ ਮੇਰੇ ਬੂਹੇ ਤੋਂ ਮੇਰਾ ਵੀ ਇਹਦੇ ਵਿੱਚ ਕਿੱਡੀ ਬਦਨਾਮੀ ਹੋਏਗੀ, ਜਦੋਂ ਬਰਾਤ ਖਾਲੀ ਜਾਏਗੀ ਤੇ ਕਿੱਡੀ ਬਦਨਾਮੀ ਆ। ਫਿਰ ਪਿਆਰੇ ਫਤਿਹ ਸ਼ਾਹ ਨੂੰ ਵੀ ਭੀਮ ਚੰਦ ਰਾਜੇ ਦੇ ਨਾਲ ਰਲਣਾ ਪਿਆ ਸੀ। ਇਹਨਾਂ ਨੇ ਫਿਰ ਰਾਇ ਸਲਾਹ ਕੀਤੀ ਕਿ ਕਿਵੇਂ ਨਾ ਕਿਵੇਂ ਔਰੰਗਜ਼ੇਬ ਬਾਦਸ਼ਾਹ ਤੇ ਚਾਹੁੰਦੇ ਹੀ ਇਹ ਸੀ ਕਿ ਕਲਗੀਧਰ ਨੂੰ ਖਤਮ ਕੀਤਾ ਜਾਏ। ਇਹਨਾਂ ਨੇ ਫਿਰ ਸਾਰਿਆਂ ਨੇ ਇੱਕ ਰਾਇ ਕੀਤੀ, ਸਲਾਹ ਕੀਤੀ ਪਿਆਰਿਓ ਤੁਸੀਂ ਬਸ 10-15 ਮਿੰਟ ਹੋਰ ਟਿਕਾ ਬਣਾਓ ਪਿਆਰਿਓ, ਕਿਉਂਕਿ ਮੈਨੂੰ ਪਤਾ ਤੁਸੀਂ 11 ਵਜੇ ਤੋਂ ਬੈਠੇ ਹੋ, ਪਰ ਜਿਹੜੇ ਇਹ ਗੁਣ ਨੇ ਨਾ ਕਲਗੀਧਰ ਸੱਚੇ ਪਾਤਸ਼ਾਹ ਦੇ, ਜੇ ਸਾਰੀ ਸਾਰੀ ਉਮਰ ਗਾਈ ਜਾਈਏ ਤਾਂ ਵੀ ਮੁੱਕਣ ਵਾਲੇ ਨਹੀਂ ਹੈ। ਬਸ ਮੈਂ ਸੰਖੇਪ ਕਰਕੇ ਆਪ ਜੀ ਤੋਂ ਖਿਮਾਵਾਂ ਦਿਲਵਾਂਗਾ। ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਦੀਆਂ ਨੂੰ ਖਤਮ ਕਰਨ ਦੀਆਂ ਨੀਤੀਆਂ ਫਿਰ ਇਹਨਾਂ ਨੇ ਪਹਾੜੀ ਰਾਜਿਆਂ ਨੇ ਬਣਾਈਆਂ। ਇਹਦਾ ਪਤਾ ਇਸ ਗੱਲ ਦਾ ਜਦੋਂ ਮੇਧਵੀ ਪ੍ਰਕਾਸ਼ ਨਾਹਨ ਦਾ ਰਾਜਾ ਸੀ ਉਹਨੂੰ ਪਤਾ ਲੱਗਿਆ, ਜਦੋਂ ਇਹਨੇ ਫਿਰ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੂੰ ਆਪਣੇ ਰਾਜ ਦੇ ਵਿੱਚ ਕਿਆ ਪਾਉਂਟਾ ਸਾਹਿਬ ਦੀ ਧਰਤੀ ਤੇ ਆਉਣ ਵਾਸਤੇ ਬੇਨਤੀਆਂ ਕੀਤੀਆਂ। ਫਿਰ ਪਾਉਂਟਾ ਸਾਹਿਬ ਦੀ ਧਰਤੀ ਤੇ ਸਤਿਗੁਰੂ ਆਏ, ਇੱਥੇ ਫਿਰ ਪੀਰ ਬੁੱਧੂ ਸ਼ਾਹ ਨੇ ਸਤਿਗੁਰਾਂ ਦੇ ਦਰਸ਼ਨ ਕੀਤੇ। ਪਾਉਂਟਾ ਸਾਹਿਬ ਕਿਵੇਂ ਸਥਾਨ ਬਣਿਆ, ਉੱਥੇ ਸਤਿਗੁਰਾਂ ਨੇ ਪੈਰ ਚਰਨ ਧਰੇ, ਇਸ ਸਥਾਨ ਤੇ ਅਸੀਂ ਰਹਿਣਾ ਹੈ। ਮੇਧਨੀ ਪ੍ਰਕਾਸ਼ ਨੇ ਉਹ ਜਗ੍ਹਾ ਦਿੱਤੀ, ਉੱਥੇ ਫਿਰ ਪਾਉਂਟਾ ਸਾਹਿਬ ਦੀ ਧਰਤੀ ਜਿਹੜੀ ਤੁਸੀਂ ਵੇਖਿਆ ਦਰਸ਼ਨ ਕੀਤੇ ਹੋਣੇ ਨੇ, ਹੇਮਕੁੰਟ ਸਾਹਿਬ ਨੂੰ ਜਦੋਂ ਜਾਂਦੇ ਆ ਉਦੋਂ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀਆਂ ਨੇ ਪਾਵਨ ਸਥਾਨ ਤੇ ਆ ਕੇ ਜਦੋਂ ਪੀਰ ਬੁੱਧੂ ਸ਼ਾਹ ਨੇ ਨਾ ਬਚਨ ਬਿਲਾਸ ਹੋਏ ਕਲਗੀਧਰ ਸੱਚੇ ਪਾਤਸ਼ਾਹ ਨਾਲ, ਇੰਨਾ ਪਿਆਰ ਬਣ ਗਿਆ ਇੱਕ ਮੁਸਲਮਾਨ ਫਕੀਰ ਦਾ। ਸਿੱਖ ਤੇ ਪਿਆਰ ਕਰਦੇ ਹੀ ਸਨ ਪਰ ਚਾਰੇ ਵਰਨਾਂ ਦੇ ਲੋਕ ਕਲਗੀ ਵਾਲੇ ਸੱਚੇ ਪਾਤਸ਼ਾਹ ਨੂੰ ਇੰਨਾ ਪਿਆਰ ਕਰਦੇ ਸਨ। ਤੇ ਪਿਆਰਿਓ ਜਦੋਂ ਦਰਸ਼ਨ ਕੀਤੇ, ਜਦੋਂ ਮਿਲਿਆ ਨਾ ਕਲਗੀਧਰ ਸੱਚੇ ਪਾਤਸ਼ਾਹ ਨੂੰ, ਇਹਦਾ ਆਪਣੇ ਧਰਮ ਵਿੱਚ ਬੜਾ ਸਤਿਕਾਰ ਸੀ, ਲੋਕ ਇਹਨੂੰ ਪੀਰ ਮੰਨਦੇ ਸਨ। ਤੇ ਧੰਨ ਕਲਗੀਧਰ ਸੱਚੇ ਪਾਤਸ਼ਾਹ ਦੇ ਨਾਲ ਵਾਰਤਾਲਾਪ ਹੋਈ, ਪੁੱਛਿਆ ਜਦੋਂ ਜਿਹੜੇ ਮਨ ਦੇ ਵਿੱਚ ਭੁਲੇਖੇ ਸੀ ਕਿਵੇਂ ਰੱਬ ਮਿਲਿਆ ਕਿਵੇਂ ਪ੍ਰਾਪਤੀ ਹੋਈ, ਇੱਦਾਂ ਦੀਆਂ ਗੱਲਾਂ ਜਦੋਂ ਹੋਈਆਂ ਰਸਤਾ ਜਮਾ ਸਾਫ ਹੋ ਗਿਆ ਦਰਸ਼ਨ ਕਰਕੇ ਬਚਨ ਕਰਕੇ। ਫਿਰ ਇੰਨਾ ਪਿਆਰ ਬਣ ਗਿਆ ਸਤਿਗੁਰੂ ਸੱਚੇ ਪਾਤਸ਼ਾਹ ਦੇ ਪਾਉਂਟਾ ਸਾਹਿਬ ਦੀ ਧਰਤੀ ਤੇ ਪੀਰ ਬੁੱਧੂ ਸ਼ਾਹ ਵਾਰ ਵਾਰ ਦਰਸ਼ਨ ਕਰਨ ਵਾਸਤੇ ਆਇਆ ਕਰੇ। ਫਿਰ ਪਿਆਰੋ ਸਮਾਂ ਉਹ ਆ ਗਿਆ ਜਦੋਂ ਇਹ ਪਹਾੜੀ ਰਾਜਿਆਂ ਨੇ ਤੇ ਔਰੰਗਜ਼ੇਬ ਦਾ ਬਾਦਸ਼ਾਹ ਨੇ ਮਿਲ ਕੇ ਇਹ ਨੀਤੀ ਤੈਅ ਕਰ ਲਈ ਕਿ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਦੇ ਨਾਲ ਭੰਗਾਣੀ ਦੀ ਧਰਤੀ ਤੇ ਯੁੱਧ ਦੀਆਂ ਤਿਆਰੀਆਂ ਹੋ ਗਈਆਂ। ਇਹ ਸ਼ਾਨੋ ਸ਼ੌਕਤ ਦੇਖੀ ਨਹੀਂ ਸੀ ਜਾਂਦੀ, ਆ ਦਰਬਾਰਾਂ ਦੀ ਸ਼ੋਭਾ ਵੇਖੀ ਨਹੀਂ ਸੀ ਜਾਂਦੀ ਪਹਾੜੀ ਰਾਜਿਆਂ ਤੇ ਉਸ ਵੇਲੇ ਪਿਆਰਿਓ ਫਿਰ ਧੰਨ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਭੰਗਾਣੀ ਦੇ ਯੁੱਧ ਦੀਆਂ ਤਿਆਰੀਆਂ ਹੋਈਆਂ
ਤੇ ਇੱਕ ਵਾਰ ਫਿਰ ਇਦਾਂ ਵੀ ਇਤਿਹਾਸ ਵਿੱਚ ਲਿਖਿਆ ਕਿ ਔਰੰਗਜ਼ੇਬ ਦਾ ਬਾਦਸ਼ਾਹ ਦਾ 500 ਪਠਾਨ ਕਿਸੇ ਕਾਰਨ ਔਰੰਗਜ਼ੇਬ ਬਾਦਸ਼ਾਹ ਨੇ ਕੱਢ ਦਿੱਤਾ ਸੀ, ਨੌਕਰੀ ਤੋਂ ਖਾਰਜ ਕਰਤਾ। ਇਹ ਸੰਡੌੜੇ ਦੀ ਧਰਤੀ ਤੇ ਪੀਰ ਬੁੱਧੂ ਸ਼ਾਹ ਦੇ ਕੋਲ ਆਏ। ਸੰਡੌੜਾ ਪਿੰਡ ਸੀ ਪੀਰ ਬੁੱਧੂ ਸ਼ਾਹ ਦਾ, ਇੱਕ ਮੁਸਲਮਾਨ ਫਕੀਰ ਉਹਦੇ ਕੋਲ ਆ ਗਏ। ਉਹਨੇ ਕਲਗੀਧਰ ਸੱਚੇ ਪਾਤਸ਼ਾਹ ਨੂੰ ਚਿੱਠੀ ਲਿਖੀ, ਸਿਫਾਰਿਸ਼ ਕੀਤੀ ਤੇ 500 ਪਠਾਨ ਸਤਿਗੁਰਾਂ ਨੇ ਨੌਕਰੀ ਤੇ ਰੱਖਿਆ। ਫਿਰ ਇਹਨਾਂ ਦੇ 500 ਪਠਾਣਾਂ ਦੇ ਜਿਹੜੇ ਨੇ ਇਹਨਾਂ ਦੇ ਨਾਲ ਜਿਹੜੇ ਆਗੂ ਸਨ, ਪੰਜ ਜਥੇਦਾਰ ਸਨ, ਉਹ ਜਿਹੜੇ ਸਨ ਭਾਈ, ਉਹਨਾਂ ਨੇ ਫਿਰ ਕਲਗੀਧਰ ਸੱਚੇ ਪਾਤਸ਼ਾਹ ਤੋਂ ਆ ਕੇ ਨੌਕਰੀ ਦੀ ਮੰਗ ਕੀਤੀ। ਭੀਖਮ ਖਾਂ, ਕਾਲੇ ਖਾਂ, ਨਿਆਬਤ ਖਾਂ, ਹਯਾਤ ਖਾਂ, ਜਵਾਹਰ ਖਾਂ, ਇਹ ਪੰਜ ਜਥੇਦਾਰ ਸਨ 500 ਪਠਾਣਾਂ ਦੇ। ਇਹਨਾਂ ਨੂੰ ਕਲਗੀਧਰ ਸੱਚੇ ਪਾਤਸ਼ਾਹ ਨੇ ਭਰਤੀ ਕਰ ਲਿਆ। ਫਿਰ ਜਦੋਂ ਭੰਗਾਣੀ ਦਾ ਯੁੱਧ ਤਿਆਰੀ ਹੋਈ, ਯੁੱਧ ਹੋਇਆ ਤੇ ਜਦੋਂ ਯੁੱਧ ਵਿੱਚ ਗਏ ਨਾ, ਰਣਨੀਤੀ ਵਿੱਚ ਗਏ, ਉਧਰੋਂ ਔਰੰਗਜ਼ੇਬ ਬਾਦਸ਼ਾਹ, ਉਸਮਾਨ ਖਾਂ ਇਹ ਫੌਜਾਂ ਨੂੰ ਚਾੜ ਕੇ ਲੈ ਕੇ ਆਏ। ਉਧਰੋਂ ਉਹਨਾਂ ਨੇ ਲਾਲਚ ਦਿੱਤਾ, ਇਹ 500 ਦਾ 500 ਪਠਾਨ ਉਹਨਾਂ ਦੇ ਨਾਲ ਰਲ ਗਿਆ, ਸਤਿਗੁਰਾਂ ਨੂੰ ਛੱਡ ਗਿਆ। 500 ਪਠਾਨ ਉਹਨਾਂ ਨੇ ਲਾਲਚ ਦਿੱਤਾ। ਇਸ ਗੱਲ ਦਾ ਜਦੋਂ ਪਤਾ ਲੱਗਿਆ, ਮਹੰਤ ਕਿਰਪਾਲ ਦਾਸ ਜੀ ਇੱਕ ਬੜੀ ਅਜਮਤ ਵਾਲਾ ਫਕੀਰ ਸੀ, ਉੱਥੋਂ ਇਹ ਉਦਾਸੀ ਸੰਤਾਂ ਦਾ ਤੇ ਗੁਰੂ ਘਰ ਦਾ ਸੁਮੇਲ ਹੈ। ਇਹ ਆਪਾਂ ਆਮ ਭਾਵੇਂ ਸਾਧੂ ਸੰਤ ਮਹਾਤਮਾ ਦੀ ਨਿੰਦਿਆ ਲੋਕੀ ਕਰਦੇ ਨੇ ਪਿਆਰੇ, ਪਰ ਧੰਨ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ ਜੋ ਭੰਗਾਣੀ ਦਾ ਯੁੱਧ ਹੋਇਆ, ਉੱਥੇ ਉਦਾਸੀ ਸੰਤ ਬਾਬਾ ਕਿਰਪਾਲ ਦਾਸ ਜੀ, ਇਹਦੇ ਜਿਹੜੇ 500 ਮਰੀਦ ਸਨ, ਉਹ ਸੁਣ ਕੇ ਤਾਂ ਭੱਜ ਗਏ ਸੀ। ਜਦੋਂ ਸਿੰਘਾਂ ਨੇ ਆ ਕੇ ਦੱਸਿਆ ਸਤਿਗੁਰੂ ਮਹੰਤ ਕਿਰਪਾਲ ਦਾਸ ਆਉਂਦਾ ਸੀ, ਪਰ ਉਹਦੇ ਜਿਹੜੇ ਮੁਰੀਦ ਸਨ 500 ਦੇ 500 ਭੱਜ ਗਏ। ਕਲਗੀਧਰ ਸੱਚੇ ਪਾਤਸ਼ਾਹ ਕਹਿੰਦੇ ਮਹੰਤ ਤੇ ਨਹੀਂ ਭੱਜਿਆ, ਕਹਿੰਦੇ ਨਹੀਂ, ਉਹ ਹਾਜ਼ਰ ਹੈ। ਸਤਿਗੁਰੂ ਜੀ ਕਹਿੰਦੇ ਜਦੋਂ ਜੜ ਬੈਠੀ ਹੈ ਤੇ ਕੋਈ ਡਰ ਨਹੀਂ, ਸਾਂਝ ਜੋੜ ਲਈ ਹੈ ਇਹਨੇ ਗੁਰੂ ਘਰ ਦੇ ਨਾਲ, ਨਹੀਂ ਅੱਜ ਤੋਂ ਇਹਨਾਂ ਦੀ ਸਾਂਝ ਸਾਡੇ ਨਾਲੋਂ ਟੁੱਟ ਜਾਣੀ ਸੀ। ਉੱਥੋਂ ਫਿਰ ਕਹਿੰਦੇ ਹੁਣ ਇਹਨਾਂ ਦੀ ਸਾਂਝ ਗੁਰੂ ਘਰ ਦੇ ਨਾਲ ਜੁੜੀ ਰਹੇਗੀ। ਕਿਰਪਾਲ ਦਾਸ ਮਹੰਤ ਨੇ ਫਿਰ ਉਹ ਜੋਹਰ ਦਿਖਾਏ ਸੀ, ਹੱਥ ਦੇ ਵਿੱਚ ਕਹਿੰਦੇ ਸੋਟਾ ਫੜ ਕੇ ਨਾ, ਭੰਗਾਣੀ ਦੇ ਯੁੱਧ ਵਿੱਚ ਖੱਖੜੀਆਂ ਦੇ ਵਾਂਗ ਵੈਰੀਆਂ ਦੇ ਸਿਰ ਭੰਨੇ ਸੀ। ਇਹਨਾਂ ਦੇ ਹੱਥ ਵਿੱਚ ਕੁਤਕਾ ਸੀ, ਜਿਹਨੂੰ ਆਪਾਂ ਘੋਟਾ ਕਹਿ ਦਿੰਦੇ ਆ, ਨਿੰਮ ਦਾ, ਇੱਕ ਪਾਸੋਂ ਪਤਲਾ ਸੀ ਇੱਕ ਪਾਸੋਂ ਮੋਟਾ ਸੀ। ਇਹ ਕਿਰਪਾਲ ਦਾਸ ਮਹੰਤ ਨੇ ਉਸ ਵੇਲੇ ਫਿਰ ਭੰਗਾਣੀ ਦੇ ਜੰਗ ਦੇ ਵਿੱਚ ਇਹ 500 ਪਠਾਨ ਭੱਜ ਗਏ। ਇੱਧਰ ਜਦੋਂ ਇਸ ਗੱਲ ਦਾ ਪੀਰ ਬੁੱਧੂ ਸ਼ਾਹ ਨੂੰ ਪਤਾ ਲੱਗਿਆ, ਫਿਰ ਇਹ ਤੁਰਿਆ ਸੰਧੌੜੇ ਤੋਂ ਆਪਣੇ 4 ਪੁੱਤ ਲੈ ਗਏ, 4 ਪੁੱਤਰ ਤੇ 700 ਮਰੀਦ, ਇਹਦਾ 700 ਚੇਲਾ ਆਪਣੇ ਨਾਲ। ਕਈ ਇਤਿਹਾਸਕਾਰ 200 ਲਿਖਦੇ ਨੇ, ਪਰ ਪੱਖੋ ਰਾਏ ਹੈ ਇਤਿਹਾਸਕਾਰਾਂ ਦੀ, ਕਈ ਇਤਿਹਾਸਕਾਰਾਂ ਨੇ ਕਿੱਦਾਂ ਦਾ ਇਤਿਹਾਸ ਬਿਆਨ ਕੀਤਾ ਹੈ। ਪਰ ਇਸ ਗੱਲ ਦਾ ਜ਼ਿਕਰ ਭਾਈ ਵੀਰ ਸਿੰਘ ਜੀ ਕਲਗੀਧਰ ਚਮਤਕਾਰ ਦੇ ਵਿੱਚ, ਗਿਆਨੀ ਗਿਆਨ ਸਿੰਘ ਦੀ ਤਵਾਰੀ ਗੁਰੂ ਖਾਲਸਾ, ਉਹਦੇ ਵਿੱਚ ਕਰਦੇ ਨੇ। 700 ਮਰੀਦ ਲੈ ਕੇ ਫਿਰ ਕਲਗੀਧਰ ਦਾ ਪੇਸ਼ ਹੋਇਆ। ਆਖਰਕਾਰ ਕਹਿੰਦੇ ਪਿਆਰਿਓ ਪੀਰ ਬੁੱਧੂ ਸ਼ਾਹ ਦੇ ਜੰਗ ਦੇ ਵਿੱਚ ਫਿਰ ਮਹੰਤ ਕਿਰਪਾਲ ਦਾਸ ਔਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਲਗੀਧਰ ਸੱਚੇ ਪਾਤਸ਼ਾਹ ਦੇ 5 ਭੂਆ ਦੇ ਪੁੱਤਰ ਭੰਗਾਣੀ ਦੀ ਯੁੱਧ ਵਿੱਚ ਸ਼ਹੀਦ ਹੋਏ। ਇਹਨਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ ਨਾਲ ਜਿਨ੍ਹਾਂ ਦਾ ਬੜਾ ਆਪਸ ਦੇ ਵਿੱਚ ਪ੍ਰੇਮ ਸੀ, ਬੀਬੀ ਬੀਰੋ ਜੋ ਦੇ ਪੁੱਤਰ ਸਨ, ਨਾ ਜਿਹੜੇ 5 ਪੁੱਤਰ ਸਨ ਸਤਿਗੁਰਾਂ ਦੀ ਭੂਆ ਦੇ, ਇਹਨਾਂ ਨੇ ਕਲਗੀਧਰ ਸੱਚੇ ਪਾਤਸ਼ਾਹ ਦੇ ਨਾਲ ਬਾਖੂਬੀਅਤ ਦੇ ਨਾਲ ਸੇਵਾ ਕੀਤੀ ਜੰਗ ਵਿੱਚ।
ਭਾਈ ਸੰਗੋ ਸਾਹਿਬ ਜੀ ਜੀਤ ਮੱਲ ਤੇ ਭਾਈ ਗੁਲਾਬ ਚੰਦ, ਭਾਈ ਗੰਗਾ ਰਾਮ, ਭਾਈ ਮਹਾਰੀ ਚੰਦ ਜੀ, ਇਹ ਇਹਨਾਂ ਦੇ ਭੂਆ ਦੇ ਨਾਂ ਪੁੱਤ ਸਨ ਪੰਜ, ਜਿਹੜੇ ਭੰਗਾਣੀ ਦੀ ਯੁੱਧ ਵਿੱਚ ਸਤਿਗੁਰਾਂ ਦੇ ਨਾਲ ਇਹਨਾਂ ਨੇ ਯੁੱਧ ਦੇ ਵਿੱਚ ਜੌਹਰ ਵਿਖਾਏ ਤੇ ਯੁੱਧ ਵਿੱਚ ਪਿਆਰਿਓ ਵੀਰ ਬੁੱਧੂ ਸ਼ਾਹ ਦੇ ਦੋ ਪੁੱਤ ਸ਼ਹੀਦ ਹੋ ਗਏ। ਦੂਸਰੇ ਦਿਨ ਫਿਰ ਜਦੋਂ ਜਾਣ ਲੱਗਿਆ ਨਾ ਵੀਰ ਬੁੱਧੂ ਸ਼ਾਹ ਜਿਹਦੇ ਹੁਣ ਦੋ ਪੁੱਤ ਸ਼ਹੀਦ, ਦੋ ਪੁੱਤ ਮਰਵਾ ਕੇ ਜਾਣਾ, ਕਿਤੇ ਸੋਚ ਕੇ ਵੇਖਿਓ ਕਿੰਨਾ ਪਿਆਰ ਕਰਦਾ ਸੀ ਇੱਕ ਮੁਸਲਮਾਨ ਫਕੀਰ ਕਲਗੀਧਰ ਸੱਚੇ ਪਾਤਸ਼ਾਹ ਨੂੰ। ਦੋ ਜਵਾਨ ਪੁੱਤ ਆਪਣੇ ਮਰਵਾ ਕੇ ਚੱਲਿਆ ਕਲਗੀਧਰ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਆ ਕੇ ਕਹਿੰਦਾ, ਸੱਚੇ ਪਾਤਸ਼ਾਹ ਕਿਰਪਾ ਕਰੋ ਛੁੱਟੀ ਦੇ ਦਿਓ, ਜਾਣਾ ਏ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਪੀਰ ਜੀ ਬੜਾ ਮਾੜਾ ਕੰਮ ਹੋਇਆ, ਦੋ ਪੁੱਤ ਸ਼ਹੀਦ ਹੋ ਗਏ ਜੰਗ ਵਿੱਚ। ਸਤਿਗੁਰਾਂ ਨੂੰ ਕਹਿੰਦਾ, ਸੱਚੇ ਪਾਤਸ਼ਾਹ ਹੋਇਆ ਕੀ, ਮੈਂ ਤੇ ਕਹਿੰਦਾ ਚੰਗਾ ਹੋਇਆ ਧਰਮ ਯੁੱਧ ਦੇ ਵਿੱਚ ਮੇਰੇ ਪੁੱਤਾਂ ਦੀ ਸ਼ਹੀਦੀ ਹੋਈ ਹੈ, ਸੱਚੇ ਪਾਤਸ਼ਾਹ ਮਾੜਾ ਨਹੀਂ ਹੋਇਆ। ਸਤਿਗੁਰੂ ਜੀ ਕਹਿੰਦੇ, ਪੀਰ ਜੀ ਫਿਰ ਮੰਗ ਲਓ ਕੁਛ, ਮੰਗ ਲਓ ਕੁਛ, ਦੋ ਪੁੱਤ ਸ਼ਹੀਦ ਕਰਵਾ ਲਏ ਨੇ, ਫਿਰ ਮੰਗ ਲਓ ਕੁਛ। ਫਿਰ ਸੱਚੇ ਪਾਤਸ਼ਾਹ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੂੰ ਪੀਰ ਬੁੱਧੂ ਸ਼ਾਹ ਕਹਿੰਦਾ, ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨਾ ਕੇਸਾਂ ਨੂੰ ਕੰਘੀ ਕਰ ਰਹੇ ਸਨ। ਤੇ ਫਿਰ ਪੀਰ ਬੁੱਧੂ ਸ਼ਾਹ ਕਹਿੰਦਾ, ਸੱਚੇ ਪਾਤਸ਼ਾਹ ਇੱਕੋ ਮੰਗਾ, ਸੁਧੇ ਕੇਸਾਂ ਦੇ ਆ ਕੰਘਾ ਤੇ ਕੇਸ ਕੀ ਮੈਨੂੰ ਦੇ ਦੇ। ਵੇਖੋ ਕੀ ਮੰਗ ਮੰਗੀ, ਆਪਾਂ ਬੜੀਆਂ ਮੰਗਾਂ ਹੁੰਦੀਆਂ ਨੇ ਸਾਡੀ ਤੇ, ਆਪਾਂ ਤੇ ਇੱਕ ਮੰਗ ਨਾ ਪੂਰੀ ਹੋਵੇ ਨਾ ਇਸ ਦਰ ਤੋਂ ਆਪਾਂ ਤੇ ਰੱਬ ਨੂੰ ਉਲਾਂਭੇ ਦੇਣ ਲੱਗ ਜਾਂਦੇ ਹਾਂ, ਸਾਡੀ ਤੇ ਆਹ ਮੰਨਤਾ ਪੂਰੀ ਨਹੀਂ ਹੋਈ, ਆਪਾਂ ਤੇ ਛੱਡ ਜਾਂਦੇ ਹਾਂ ਬੜਾ ਛੇਤੀ। ਵੇਖੋ ਦੋ ਪੁੱਤ ਮਰਵਾ ਕੇ ਚੱਲਿਆ ਕਲਗੀਧਰ ਸੱਚੇ ਪਾਤਸ਼ਾਹ ਪਿੱਛੇ, ਪਿਆਰ ਕਰਦਾ ਸੀ ਬਾਜਾਂ ਵਾਲੇ ਨੂੰ। ਸੱਚੇ ਪਾਤਸ਼ਾਹ ਨੇ ਫਿਰ ਉਹ ਕੇਸ ਕੰਘੀ ਸਮੇਤ ਔਰ ਇੱਕ ਕੇਸਕੀ ਉਹਨੂੰ ਦਿੱਤੀ ਪੀਰ ਬੁੱਧੂ ਸ਼ਾਹ ਨੂੰ। ਫਿਰ ਚਰਨਾਂ ਵਿੱਚੋਂ ਸਤਿਗੁਰਾਂ ਦੇ ਧੂੜ ਚੱਕ ਕੇ ਨਾ ਬੰਨ ਕੇ ਪੱਲੇ ਦੇ ਨਾਲ ਤੁਰ ਪਿਆ, ਤੁਰਿਆ ਪਿਆ। ਫਿਰ ਜਦੋਂ ਘਰ ਗਿਆ, ਇਹਦੇ ਘਰ ਵਾਲੀ ਦਾ ਨਾਂ ਸੀ ਬੀਬੀ ਨਸੀਰਾ। ਜਦੋਂ ਇਹਨੂੰ ਪਤਾ ਲੱਗਿਆ, ਪੀਰ ਜੀ ਆ ਗਏ ਹੋ, ਦੋ ਪੁੱਤ ਮਰਵਾ ਕੇ ਆ ਗਏ ਕਲਗੀਧਰ ਸੱਚੇ ਪਾਤਸ਼ਾਹ ਪਿੱਛੇ, ਕੀ ਮਿਲਿਆ, ਕੀ ਮਿਲਿਆ ਉਹਨਾਂ ਦੇ ਨਾਲ ਤੁਹਾਨੂੰ ਪਿਆਰ ਪਾ ਕੇ ਕੀ ਮਿਲਦਾ, ਤੁਸੀਂ ਉਹਨਾਂ ਦੇ ਨਾਲ ਇੰਨਾ ਅਥਾਹ ਪ੍ਰੇਮ ਕਰਦੇ ਹੋ, ਦੋ ਪੁੱਤ ਮਰਵਾ ਕੇ ਆ ਗਏ, ਲੈ ਕੇ ਕੀ ਆਇਆ। ਤੇ ਪੀਰ ਬੁੱਧੂ ਸ਼ਾਹ ਕਹਿੰਦਾ, ਵੇ ਭਗਵਾਨੇ ਮੈਂ ਆਹ ਲੈ ਕੇ ਆਇਆ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ ਬਾਰੇ ਜਦੋਂ ਦੱਸਿਆ, ਫਿਰ ਬੀਬੀ ਨਸ਼ੀਰਾਂ ਦੀ ਵੀ ਸ਼ਰਧਾ ਬਣ ਗਈ ਸੀ। ਜਦੋਂ ਮੱਥੇ ਨੂੰ ਲਾਈਆਂ ਨਾ ਚੀਜ਼ਾਂ ਨਮਸਕਾਰ ਕੀਤੀ, ਫਿਰ ਮਾੜੇ ਕਰਮਾਂ ਦੇ ਮੱਥੇ ਦੇ ਲੇਖ ਸਿੱਧੇ ਕਰ ਦਿੱਤੇ ਸਤਿਗੁਰਾਂ ਦੇ ਚਰਨ ਧੂੜੀ ਨੇ। ਜਦੋਂ ਵਚਨ ਸੁਣੇ ਇਸ ਤਰ੍ਹਾਂ ਪਿਆਰੋ, ਫਿਰ ਬੀਬੀ ਨਸੀਰਾਂ ਵੀ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਆਇਆ ਕਰਦੀ ਸੀ। ਫਿਰ ਇੱਕ ਵਾਰ ਕੀ ਹੋਇਆ, ਜਦੋਂ ਇਹਦਾ ਪ੍ਰੇਮ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਦੇ ਨਾਲ ਵਧਦਾ ਗਿਆ, ਇੰਨਾ ਪ੍ਰੇਮ ਕਰਦਾ ਸੀ ਧੰਨ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਨੂੰ, ਤੇ ਇੱਥੇ ਫਿਰ ਭੰਗਾਣੀ ਦਾ ਯੁੱਧ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਆਉਂਦੇ, ਫਿਰ ਸਤਿਗੁਰਾਂ ਨੂੰ ਕਿਹਾ, ਸਤਿਗੁਰੂ ਜੀ ਕਿਰਪਾ ਕਰਿਓ ਕਿਸੇ ਵੇਲੇ ਘਰ ਆਇਓ ਗਰੀਬ ਦੇ ਆ ਜਾਓ। ਫਿਰ ਇੱਕ ਵਾਰ ਧੰਨ ਕਲਗੀਧਰ ਸੱਚੇ ਪਾਤਸ਼ਾਹ ਇਹਦੇ ਘਰ ਗਏ ਪੀਰ ਬੁੱਧੂ ਸ਼ਾਹ ਦੇ, ਚੱਲ ਕੇ ਸੰਢੌਰ ਦੀ ਧਰਤੀ ਤੇ, ਸੰਢੌਰੇ ਦੀ ਧਰਤੀ ਤੇ ਜਾ ਕੇ ਸਤਿਗੁਰੂ ਜੀ ਪੀਰ ਦੇ ਘਰ ਵਿਸ਼ਰਾਮ ਕੀਤਾ। ਇਧਰੋਂ ਕਹਿੰਦੇ ਪਤਾ ਲੱਗਿਆ, ਉਸਮਾਨ ਖਾਨ ਚੜ ਕੇ ਆ ਗਿਆ, ਇਹਨਾਂ ਨੂੰ ਜਦੋਂ ਪਤਾ ਲੱਗਿਆ ਕਿ ਮੁਸਲਮਾਨ ਫਕੀਰ ਹੋ ਕੇ ਤੇ ਇਹ ਜਿਹੜਾ ਰਕਸ਼ਾ ਜਿਹੜੀ ਹੈ, ਸਹਾਇਤਾ ਜਿਹੜੀ ਹੈ, ਇੱਕ ਮੁਸਲਮਾਨ ਧਰਮ ਦੇ ਜਿਹੜਾ ਖਿਲਾਫ ਹੈ, ਵੈਸੇ ਪਿਆਰੋ ਸਿੱਖ ਹੈ ਨਾ ਜਿਹੜਾ, ਉਹ ਅੱਜ ਤੱਕ ਕਿਸੇ ਦੇ ਖਿਲਾਫ ਨਹੀਂ ਹੈ, ਉਹ ਅੱਜ ਤੱਕ ਹਰੇਕ ਦਾ ਭਲਾ ਮੰਨਦਾ,
ਇੱਥੇ ਅਰਦਾਸ ਹੁੰਦੀ ਹੈ। ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ, ਹੋਰ ਐਸਾ ਦੁਨੀਆਂ ਤੇ ਕੋਈ ਦਰ ਨਹੀਂ ਹੈ ਜਿੱਥੇ ਕਿਹਾ ਜਾਂਦਾ ਹੋਵੇ ਤੇਰੇ ਭਾਣੇ ਸਰਬੱਤ ਦਾ ਹੀ ਭਲਾ ਹੋਵੇ, ਇਹ ਬੁਰਾ ਨਹੀਂ ਮੰਗਦਾ ਕਿਸੇ ਦਾ। ਅੱਜ ਵੀ ਪਿਆਰੇ ਸਰੀਆ ਦੇ ਵਿੱਚ ਵੇਖਿਆ ਨਾ ਤੁਸੀਂ ਟੈਲੀਵਿਜ਼ਨ ਤੇ ਆਮ ਖਬਰਾਂ ਆਉਂਦੀਆਂ ਨੇ, ਕਿੰਨਾ ਉੱਥੇ ਜਿਹੜਾ ਵੇਖਦਾ ਹੈਰਾਨ ਹੋ ਜਾਂਦਾ ਹੈ ਉਹ ਵੀਡੀਓ ਵੇਖ ਕੇ, ਨਿੱਕੇ ਨਿੱਕੇ ਬੱਚਿਆਂ ਨੂੰ ਮਾਵਾਂ ਦੀਆਂ ਗੋਦੀਆਂ ਵਿੱਚੋਂ ਖਿੱਚ ਖਿੱਚ ਕੇ ਬੰਦੂਕਾਂ ਦੇ ਨਾਲ ਭੁੰਨ ਕੇ ਉਹਨਾਂ ਦਾ ਜਿਹੜਾ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ। ਕਿੰਨਾ ਬੁਰਾ ਹਾਲ ਹੋ ਰਿਹਾ ਸੀਰੀਆ ਦੇ ਵਿੱਚ, ਤੁਸੀਂ ਇੰਟਰਨੈਟ ਤੇ ਜੁੜੇ ਰਹਿੰਦੇ ਹੋ, ਦੇਖਿਆ ਹੋਣਾ ਟੀਵੀ ਵਿੱਚ ਵੀ, ਜਿਨ੍ਹਾਂ ਨੇ ਵੇਖਿਆ ਉਹਨਾਂ ਨੂੰ ਪਤਾ ਹੈ। ਪਰ ਅੱਜ ਉੱਥੇ ਵੀ ਕੋਈ ਨਹੀਂ ਪੁੱਜਿਆ, ਉੱਥੇ ਵੀ ਖਾਲਸਾ ਡੇ ਦੀ ਜਿਹੜੀ ਟੀਮ ਹੈ ਨਾ, ਖਾਲਸਾ ਡੇ ਬਣਿਆ ਹੋਇਆ ਹੈ, ਉੱਥੇ ਵੀ ਅੱਜ ਖਾਲਸਾ ਉਹਨਾਂ ਦੀ ਸਹਾਇਤਾ ਕਰਨ ਵਾਸਤੇ ਬੰਬਾਂ ਦੀ ਏਦਾਂ ਬਰਸਾਤ ਹੁੰਦੀ ਹੈ ਜਿੰਨੇ ਮੀਂਹ ਵਿੱਚ ਗੜੇ ਪੈਂਦੇ ਨੇ, ਏਦਾਂ ਦੀ ਬਰਸਾਤ ਉੱਥੇ ਘਰਾਂ ਤੇ, ਏਦਾਂ ਕਿਸੇ ਨੂੰ ਪਤਾ ਹੀ ਨਹੀਂ ਲੱਗ ਰਿਹਾ ਜਿਵੇਂ ਮੀਂਹ ਵਿੱਚ ਗੜੇ ਡਿੱਗਦੇ ਨੇ ਨਾ, ਏਦਾਂ ਬੰਬ ਡਿੱਗ ਰਹੇ ਨੇ ਉੱਥੇ ਘਰਾਂ ਤੇ, ਨਿੱਕੇ ਨਿੱਕੇ ਬੱਚੇ ਰੋ ਰਹੇ ਨੇ, ਕੁਰਲਾ ਰਹੇ ਨੇ। ਪਰ ਉੱਥੇ ਉਹਨਾਂ ਦੀ ਮਦਦ ਕਰਨ ਵਾਸਤੇ ਜੇ ਅੱਜ ਪੁੱਜਿਆ ਤਾਂ ਖਾਲਸਾ ਗੁਰੂ ਦਾ, ਧੰਨ ਕਲਗੀਧਰ ਸੱਚੇ ਪਾਤਸ਼ਾਹ ਦਾ ਖਾਲਸਾ, ਉਹ ਗਏ ਨੇ। ਖਾਲਸਾ ਕਦੇ ਕਿਸੇ ਦਾ ਮਾੜਾ ਨਹੀਂ ਕਰਦਾ, ਪਰ ਪਿਆਰਿਓ ਇਹ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਦੇ ਨਾਲ ਪ੍ਰੇਮ ਕਰਦਾ ਸੀ, ਜਦੋਂ ਪਤਾ ਲੱਗਿਆ ਕਿੰਨੇ ਫੜ ਕੇ ਲੈ ਕੇ ਆਊਂਗਾ ਉਸਮਾਨ ਖਾਨ, ਕਹਿੰਦਾ ਫੜ ਕੇ ਲੈ ਕੇ ਆਊਂ ਬਾਜਾਂ ਵਾਲੇ ਨੂੰ, ਕਹਿੰਦੇ ਜਦੋਂ ਆਇਆ ਨਾ ਇਹਦੇ ਘਰ ਨੂੰ ਘੇਰਾ ਪਾ ਲਿਆ ਪੀਰ ਬੁੱਧੂ ਸ਼ਾਹ ਦੇ, ਇਹਦੇ ਘਰ ਨੂੰ ਘੇਰਾ ਪਾਇਆ, ਕਹਿੰਦੇ ਕੱਢ ਬਾਜਾਂ ਵਾਲੇ ਨੂੰ ਬਾਹਰ, ਤੇਰੇ ਘਰ ਕਲਗੀਆਂ ਵਾਲਾ ਹੈ। ਪੀਰ ਬੁੱਧੂ ਸ਼ਾਹ ਆਇਆ ਬਾਹਰ, ਉਸਮਾਨ ਖਾਨ ਨੂੰ ਕਹਿੰਦਾ ਮੈਂ ਵੀ ਤੁਹਾਡਾ ਹੀ ਹਾਂ, ਮੈਂ ਵੀ ਮੁਸਲਮਾਨ ਹਾਂ, ਮੈਂ ਵੀ ਤੁਹਾਡੇ ਨਾਲ ਗਈ ਹਾਂ, ਪਰ ਉਹ ਮੇਰੇ ਘਰ ਨੇ, ਤੁਸੀਂ ਇੱਥੋਂ ਹੀ ਮੁੜ ਜਾਓ। ਜੇ ਨਹੀਂ ਯਕੀਨ ਹੁੰਦਾ, ਜੇ ਤੁਸੀਂ ਚਾਹੁੰਦੇ ਹੋ ਕਿ ਕਲਗੀਧਰ ਨੂੰ ਖਤਮ ਕਰ ਦਈਏ, ਉਹਨਾਂ ਨੂੰ ਖਤਮ ਮੈਂ ਕਰ ਦਿੰਦਾ, ਨਾਲੇ ਕਿਸੇ ਨੂੰ ਪਤਾ ਨਹੀਂ ਲੱਗੇਗਾ, ਖਤਮ ਮੈਂ ਕਰ ਦਿੰਦਾ, ਮੈਂ ਮਾਰ ਦਿੰਦਾ, ਹੈ ਮੈਂ ਤੁਹਾਡਾ ਹੀ ਬੰਦਾ, ਉਹਨੂੰ ਮੈਂ ਮਾਰ ਦਿੰਦਾ। ਪੀਰ ਬੁੱਧੂ ਸ਼ਾਹ ਕਹਿੰਦਾ ਉਹਨਾਂ ਨੂੰ ਵਾਪਸ, ਉਹਨਾਂ ਨੂੰ ਖੜਾ ਦਿੱਤਾ, ਅੰਦਰ ਗਿਆ, ਅੰਦਰ ਜਾ ਕੇ ਨਾ ਹੁਣ ਵੇਖਦਾ, ਕਹਿੰਦਾ ਮੈਂ ਤੁਹਾਡੇ ਨਾਲ ਵਾਅਦਾ ਕਰਦਾ, ਮੈਂ ਕਲਗੀਧਰ ਨੂੰ ਖਤਮ ਕਰਕੇ ਨਾ ਇੱਕ ਖੂਨ ਦੀ ਬੋਤਲ ਤੁਹਾਨੂੰ ਲਿਆ ਕੇ ਦੇ ਦਿੰਦਾ, ਖੂਨ ਦੀ ਬੋਤਲ ਭਰ ਕੇ ਲਿਆ ਕੇ ਦੇ ਦਿੰਦਾ, ਇਹ ਕਿੱਡੀ ਕੋ ਗੱਲ ਹੈ। ਕਹਿੰਦੇ ਅੰਦਰ ਗਿਆ, ਹੁਣ ਘਰਾਂ ਵਿੱਚ ਕਿਤੇ ਖੂਨ ਪਿਆ ਹੁੰਦਾ, ਸਾਡੇ ਘਰਾਂ ਦੇ ਵਿੱਚ ਆਪਾਂ ਤੋਂ ਉਂਝ ਨਹੀਂ ਵੇਖਿਆ ਜਾਂਦਾ ਖੂਨ ਨਿਕਲਦਾ, ਕਿਤੇ ਘਰਾਂ ਵਿੱਚ ਖੂਨ ਦੀਆਂ ਬੋਤਲਾਂ ਪਈਆਂ। ਪੀਰ ਬੁੱਧੂ ਸ਼ਾਹ ਗਿਆ ਜਦੋਂ ਅੰਦਰ, ਇਹਦੇ ਪੁੱਤਰ ਨੇ ਆਵਾਜ਼ ਸੁਣੀ, ਤੀਜਾ ਪੁੱਤ ਆ ਗਿਆ, ਕਹਿੰਦਾ ਬਾਪੂ ਜੇ ਤੂੰ ਕਲਗੀਧਰ ਨੂੰ ਪ੍ਰੇਮ ਕਰਦਾ ਤੇ ਘੱਟ ਮੈਂ ਵੀ ਨਹੀਂ ਕਰਦਾ, ਤੇਰੇ ਜਿੰਨਾ ਪ੍ਰੇਮ ਹੀ ਮੈਂ ਕਰਦਾ ਬਾਜਾਂ ਵਾਲੇ ਸਤਿਗੁਰਾਂ ਨੂੰ, ਏਦਾਂ ਕਰ ਜੇ ਤੈਨੂੰ ਖੂਨ ਚਾਹੀਦਾ ਨਾ, ਮੈਂ ਵੀ ਚਾਹੁੰਦਾ ਕਿ ਬਾਜਾਂ ਵਾਲੇ ਦੇ ਲੇਖੇ ਜਿਵੇਂ ਮੇਰੇ ਦੋ ਭਰਾ ਪਹਿਲਾਂ ਪੰਘਾਣੀ ਦੇ ਯੁੱਧ ਵਿੱਚ ਸ਼ਹੀਦ ਹੋ ਗਏ ਨੇ, ਤੇ ਮੈਂ ਵੀ ਆਹ ਜਿਹੜੀ ਜਿੰਦ ਹੈ ਨਾ ਬਾਪੂ, ਜਿੰਦ ਲੱਗ ਦੇ ਮੈਂ ਵੀ ਚਾਹੁੰਦਾ ਜੀ, ਜਿੰਦ ਲੱਗ ਦੇ ਇੱਥੇ ਕਿਹੜਾ ਨਿੱਤ ਜੰਮਣਾ, ਇੱਥੇ ਕਿਹੜਾ ਨਿੱਤ ਜੰਮਣਾ, ਇੱਥੇ ਕਿਹੜਾ ਨਿੱਤ ਜੰਮਣਾ, ਕਿਸੇ ਵੇਲੇ ਸਮਾਂ ਆਇਆ ਸੀ ਪੰਜਵੇਂ ਪਾਤਸ਼ਾਹ ਦੇ ਵੇਲੇ ਸੰਮਣ ਤੇ ਮੂਸਣ ਦਾ,
ਉਹਨੇ ਵੀ ਆਪਣੇ ਪੁੱਤ ਦਾ ਗੁਰੂ ਵਾਸਤੇ ਸੀਸ ਧੜ ਤੋਂ ਜੁਦਾ ਕਰਤਾ ਸੀ। ਪਿਤਾ ਤੂੰ ਵੀ ਏਦਾਂ ਹੀ ਕਰ, ਤੂੰ ਵੀ ਬਸ ਆਹ ਜਿਹੜੀ ਮੇਰੀ ਜਿੰਦ ਹੈ, ਮੇਰੀ ਇੱਕੋ ਇੱਛਾ ਹੈ, ਚਾਹਤ ਹੈ, ਮੇਰਾ ਵੀ ਸਰੀਰ ਬਾਗਾਂ ਵਾਲੇ ਦੇ ਲੇਖੇ ਲੱਗਦਾ। ਜਿੰਦ ਲੱਗ ਜੈ ਗੁਲਾਮ ਲੈ, ਜਿੰਦ ਲੱਗ ਜੈ ਗੁਲਾਮ ਲੈ, ਇੱਥੇ ਕਿਹੜਾ ਨਿੱਤ ਜੰਮਣਾ, ਇੱਥੇ ਕਿਹੜਾ ਨਿੱਤ ਜੰਮਣਾ, ਇੱਥੇ ਕਿਹੜਾ ਨਿੱਤ ਜੰਮਣਾ, ਜਿੰਦ ਲੱਗ ਜੈ ਗੁਲਾਮ ਲੈ, ਜਿੰਦ ਲੱਗ ਜੈ ਗੁਲਾਮ ਲੈ, ਇੱਥੇ ਕਿਹੜਾ ਨਿੱਤ ਜੰਮਣਾ, ਕਿਰਪਾ ਕਰ ਪਿਤਾ ਇਹ ਉਪਕਾਰ ਮੇਰੇ ਲੇਖੇ ਦੇ ਲੈ। ਧੜ ਨਾਲ ਸਿਰ ਮੇਰਾ ਵੱਖ ਕਰ ਦੇ, ਧੜ ਨਾਲ ਸਿਰ ਮੇਰਾ ਵੱਖ ਕਰ ਦੇ, ਸਿਰ ਵੱਢ ਲੈ, ਸਾਰਾ ਵੱਢ ਦੇ, ਖੂਨ ਦੀ ਬੋਤਲ ਚਾਹੀਦੀ ਹੈ, ਇਹ ਕੰਮ ਤੂੰ ਕਰ ਦੇ, ਆਪਣੇ ਪਿਓ ਨੂੰ ਕਹਿੰਦਾ। ਕਿਤੇ ਧੀਆਂ ਪੁੱਤਾਂ ਵਾਲਿਆਂ ਸਾਹਮਣੇ ਲਿਆਓ ਜਰਾ, ਉਹ ਕਿੱਦਾਂ ਦਾ ਜਿਗਰਾ ਕੀਤਾ ਹੋਣਾ ਪੀਰ ਬਿੱਧੂ ਸ਼ਾਹ ਨੇ, ਆਪਣਾ ਪਿਓ ਆਪਣੇ ਪਿਓ ਨੂੰ ਕਹਿੰਦਾ। ਤੇ ਪਿਤਾ ਦਾ ਜਿਗਰਾ ਹੋ ਸਕਦਾ ਏਡਾ ਕਿ ਆਪਣੇ ਪੁੱਤ ਦੀ ਸਾਰਾ ਵੱਢਦਾ ਹੈ? ਇਦਾਂ ਹੀ ਕੀਤਾ ਪੀਰ ਬੁੱਧੂ ਸ਼ਾਹ ਨੇ, ਇੰਨਾ ਪਿਆਰ ਕਰਦਾ ਸੀ ਬਾਜਾਂ ਵਾਲੇ ਨੇ। ਕਹਿੰਦੇ ਆਪਣੇ ਪੁੱਤ ਦੀ ਸਾਰਾ ਵੱਢ ਕੇ ਨਾ ਖੂਨ ਦੀ ਬੋਤਲ ਲਿਆ ਕੇ ਹੱਥ ਲਿਬੜੇ ਨੇ। ਕਲਗੀਧਰ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਚਲੇ ਜਾਓ, ਤੁਸੀਂ ਚਲੇ ਜਾਓ। ਬੇਨਤੀ ਕਰਕੇ ਸਤਿਗੁਰੂ ਜੀ ਤਾਂ ਵਾਗੇ ਬਾਅਦ ਵਿੱਚ ਫਿਰ ਇਹਨੇ ਆਪਣੇ ਪੁੱਤਰ ਦੇ ਖੂਨ ਦੀ ਬੋਤਲ ਹੱਥ ਲਿਬੜੇ ਨੇ ਲਿਆ ਕੇ ਉਸਮਾਨ ਖਾਨ ਨੂੰ ਦਿੱਤੀ। ਕਹਿੰਦਾ ਆਹ ਲਓ ਲੈ ਜਾਓ, ਇਹ ਬੜਾ ਖੁਸ਼ ਹੋਏ। ਇਹ ਸਿੱਧਾ ਔਰੰਗਜ਼ੇਬ ਬਾਦਸ਼ਾਹ ਦੇ ਕੋਲ ਚਲੇ ਗਏ ਦਿੱਲੀ। ਇਧਰ ਪਿਆਰਿਓ ਫਿਰ ਜਦੋਂ ਉੱਥੇ ਵੇਖਿਆ ਔਰੰਗਜ਼ੇਬ ਬਾਦਸ਼ਾਹ, ਕਹਿੰਦਾ ਸਾਰੇ ਰਾਜੇ ਬੁਲਾਏ ਗਏ, ਕਹਿੰਦੇ ਬਾਜਾਂ ਵਾਲੇ ਨੂੰ ਖਤਮ ਕਰਤਾ, ਕਲਗੀਆਂ ਵਾਲੇ ਨੂੰ ਖਤਮ ਕਰਤਾ, ਕਹਿੰਦੇ ਉਹਨਾਂ ਦਾ ਖੂਨ ਆਇਆ, ਆ ਖੂਨ ਦੀ ਬੋਤਲ ਹੈ ਉਹਨਾਂ ਦੀ, ਏਦਾਂ ਪਿਆਰੋ। ਕਹਿੰਦੇ ਫਿਰ ਸਾਰਿਆਂ ਨੇ ਜਦੋਂ ਸੋਚਿਆ, ਰਾਜੇ ਕਹਿੰਦੇ ਇਹ ਵੇਖੋ ਇਹਨਾਂ ਦੇ ਖੂਨ ਦੀ ਜਾਂਚ ਕੀਤੀ ਜਾਏ, ਇਹਨਾਂ ਦਾ ਖੂਨ ਟੈਸਟ ਕੀਤਾ ਜਾਏ ਕਿ ਕਿਉਂ ਜੀ ਇਹ ਖੂਨ ਵਿੱਚ ਕੈਸੀ ਤਾਕਤ ਸੀ ਜਿਹੜੀ ਕਿਸੇ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਡਰਦੇ ਨਹੀਂ ਸਨ, ਕਿਸੇ ਤੋਂ ਡਰਦੇ ਨਹੀਂ ਸਨ, ਇੰਨੇ ਨਿਡਰ ਕਿਉਂ ਸਨ? ਕਹਿੰਦੇ ਜਾਂਚ ਕਰੋ। ਜਦੋਂ ਹਕੀਮ ਬੁਲਾਏ ਗਏ, ਵੈਦ ਬੁਲਾਏ ਗਏ ਉਸ ਸਮੇਂ ਦੇ ਹਿਸਾਬ ਦੇ ਨਾਲ,
ਕਹਿੰਦੇ ਸ਼ਾਹੀ ਹਕੀਮ ਨੂੰ ਸੱਦਿਆ ਗਿਆ, ਕਹਿੰਦੇ ਦੱਸ ਉਹਨਾਂ ਦੇ ਖੂਨ ਵਿੱਚ ਕੈਸੀ ਤਾਕਤ ਸੀ, ਕੀ ਭਰਿਆ ਹੋਇਆ ਸੀ ਬਾਜਾਂ ਵਾਲੇ ਦੇ ਖੂਨ ਵਿੱਚ ਜਿਹੜਾ ਕਿਸੇ ਤੋਂ ਡਰਦੇ ਨਹੀਂ ਸਨ। ਜਦੋਂ ਲਿਆਂਦੀ ਗਈ ਸਾਹਮਣੇ ਤੇ ਉਹਨੇ ਆਪਣੇ ਰੰਗ ਵਿੱਚ ਹਕੀਮ ਨੇ ਕਹਿਤਾ, ਬਾਦਸ਼ਾਹ ਜੇ ਇਹ ਕਲੰਗੀਆਂ ਵਾਲੇ ਦਾ ਖੂਨ ਹੁੰਦਾ ਹੁਣ ਨੂੰ ਕਦੋਂ ਉਬਾਲਾ ਮਾਰ ਕੇ ਬੋਤਲ ਫੁੱਟੀ ਹੁੰਦੀ। ਆਖੋ ਸਤਨਾਮ ਸ੍ਰੀ ਅਕਾਲ। ਇਹ ਕਲੰਗੀਆਂ ਵਾਲੇ ਦਾ ਖੂਨ ਨਹੀਂ ਹੋ ਸਕਦਾ, ਜਿਵੇਂ ਸ਼ੇਰਨੀ ਦਾ ਦੁੱਧ ਆਮ ਭਾਂਡੇ ਵਿੱਚ ਨਹੀਂ ਨਾ ਟਿਕ ਸਕਦਾ। ਸ਼ੇਰਨੀ ਦਾ ਦੁੱਧ ਟਿਕੇਗਾ ਕਿਸੇ ਸੋਨੇ ਦੇ ਬਰਤਨ ਦੇ ਵਿੱਚ, ਉਹਨੂੰ ਹੋਰ ਬਰਤਨ ਨਹੀਂ ਕੋਈ ਚੱਲ ਸਕਦਾ। ਕਹਿੰਦੇ ਪੀਰ ਉਹ ਬੈਦ ਹਕੀਮ ਕਹਿਣ ਲੱਗੇ, ਜੇ ਇਹ ਬਾਜਾਂ ਵਾਲੇ ਦਾ ਖੂਨ ਹੁੰਦਾ ਹੁਣ ਨੂੰ ਹਵਾਲਾ ਮਾਰਦਾ। ਜਦੋਂ ਪਤਾ ਲੱਗਿਆ ਇਹਨਾਂ ਨੂੰ ਕਿ ਇਹ ਪੀਰ ਬੁੱਧੂ ਸ਼ਾਹ ਨੇ ਆਪਣੇ ਪੁੱਤ ਦਾ ਖੂਨ ਲਿਆ ਕੇ ਦੇ ਦਿੱਤਾ ਹੈ, ਫਿਰ ਕਹਿੰਦੇ ਜਾਓ ਹੁਣ ਖਤਮ ਕਰ ਦਿਓ ਪੀਰ ਬੁੱਧੂ ਸ਼ਾਹ ਨੂੰ, ਖਤਮ ਕਰ ਦਿਓ। ਕਹਿੰਦੇ ਏਦਾਂ ਫਿਰ ਪਿਆਰਿਓ ਫਿਰ ਚੜ ਕੇ ਆਏ ਤੇ ਜਦੋਂ ਪਤਾ ਲੱਗਿਆ ਪੀਰ ਬੁੱਧੂ ਸ਼ਾਹ ਨੂੰ, ਫਿਰ ਇਹਨੇ ਆਪਣੇ ਇੱਕ ਬੱਚਾ ਤੇ ਬੀਬੀ ਨਸੀਰਾਂ ਇਹ ਪਰਿਵਾਰ ਨੂੰ ਮੇਧਵੀ ਪ੍ਰਕਾਸ਼ ਨਾਹਨ ਦੇ ਰਾਜ ਦੇ ਵਿੱਚ, ਨਾਹਨ ਵਾਲੇ ਰਾਜੇ ਦੇ ਉਹਨਾਂ ਦੇ ਘਰ ਭੇਜ ਦਿੱਤੇ। ਇਹ ਇਕੱਲੀ ਹੈ ਘਰ ਵਿੱਚ, ਇਕੱਲੇ ਹੀ ਰਹਿ ਗਿਆ ਘਰ ਵਿੱਚ ਪੀਰ ਬੁੱਧੂ ਸ਼ਾਹ। ਕਹਿੰਦੇ ਆਏ ਜਦੋਂ ਇਹਨਾਂ ਨੇ ਫਿਰ ਆ ਕੇ ਪੀਰ ਬੁੱਧੂ ਸ਼ਾਹ ਨੂੰ ਨਾ ਅੰਦਰੋਂ ਲਿਆਂਦਾ ਘਟੀਸ ਕੇ, ਕਹਿੰਦੇ ਤੂੰ ਸਾਡੇ ਨਾਲ ਮਜ਼ਾਕ ਕੀਤਾ, ਘਟੀਸ ਕੇ ਲਿਆਂਦਾ ਅੰਦਰੋਂ ਜੰਗਲ ਵਿੱਚ ਲੈ ਗਏ ਪੀਰ ਬੁੱਧੂ ਸ਼ਾਹ ਨੂੰ। ਜੰਗਲ ਵਿੱਚ ਲਿਜਾ ਕੇ ਇੱਕ ਟੋਆ ਪੁੱਟਿਆ ਗਿਆ, ਟੋਆ ਪੁੱਟ ਕੇ ਉਹਦੇ ਵਿੱਚ ਕਹਿੰਦੇ ਪੀਰ ਬੁੱਧੂ ਸ਼ਾਹ ਨੂੰ ਲੱਪ ਦਿੱਤਾ। ਫਿਰ ਇਹਦੇ ਸਿਰ ਦੇ ਵਿੱਚ ਦਹੀਂ ਪਾਇਆ ਗਿਆ, ਨੱਪ ਕੇ ਇਹਦੇ ਸਰੀਰ ਤੇ ਦਹੀਂ ਪਾਇਆ ਗਿਆ, ਜਿੰਨਾ ਹਿੱਸਾ ਨੰਗਾ ਸੀ ਦਹੀਂ ਪਾ ਕੇ। ਫਿਰ ਉਦਾਂ ਦੇ ਕਹਿੰਦੇ ਭੁੱਖੇ ਸ਼ਿਕਾਰੀ ਕੁੱਤੇ ਛੱਡੇ ਗਏ। ਕਹਿੰਦੇ ਤੂੰ ਕਲਗੀ ਧਰਨ ਨੂੰ ਗੁਰੂ ਗੋਬਿੰਦ ਸਿੰਘ ਨੂੰ ਪਿਆਰ ਕਰਦਾ ਸੀ, ਅੱਜ ਦੁਨੀਆਂ ਦੇ ਲੋਕ ਦੇਖਦੇ ਨੇ ਜੇ ਕੋਈ ਏਦਾਂ ਉਹਦੇ ਨਾਲ ਪਿਆਰ ਕਰੇਗਾ ਉਹਦੇ ਨਾਲ ਵੀ ਏਦਾਂ ਕੀਤੀ ਜਾਏ। ਪਰ ਪੀਰ ਬੁੱਧੂ ਸ਼ਾਹ ਦੇ ਸਰੀਰ ਨੂੰ ਕਹਿੰਦੇ ਕੁੱਤਿਆਂ ਨੇ ਚੀਥਰੇ ਚੀਥਰੇ ਉਹਦਾ ਸਰੀਰ ਕੀਤਾ। ਏਦਾਂ ਸਨ ਫਿਰ ਉਹਦੀਆਂ, ਏਦਾਂ ਉਹਨੂੰ ਪਿਆਰੇ ਫਿਰ ਸ਼ਹੀਦ ਕੀਤਾ ਗਿਆ ਪੀਰ ਬੁੱਧੂ ਸ਼ਾਹ ਨੂੰ। ਇੱਕ ਮੁਸਲਮਾਨ ਇੰਨਾ ਪਿਆਰ ਕਰਦੇ ਸਨ ਬਾਜਾਂ ਵਾਲੇ ਨੇ, ਕਿਤੇ ਅਸੀਂ ਸਿੱਖਾਂ ਦੇ ਘਰ ਜਨਮ ਲੈ ਕੇ ਅਸੀਂ ਸਿੱਖ ਨਹੀਂ ਬਣ ਸਕੇ। ਅਸੀਂ ਮਾਵਾਂ ਆਪਣੇ ਬੱਚਿਆਂ ਨੂੰ ਸਿੱਖੀ ਵੱਲ ਨਹੀਂ ਲਿਆ ਸਕੇ। ਮੁਸਲਮਾਨ ਜਿਹੜਾ ਪਿਆਰ ਕਰਦਾ ਸੀ ਉਹਨੇ ਆਪਣਾ ਪਰਿਵਾਰ ਆਪਣੇ ਤਿੰਨ ਪੁੱਤ ਸ਼ਹੀਦ ਕਰਾ ਲਏ ਮੁਸਲਮਾਨ ਨੇ, ਤੇ ਪਿਆਰਿਓ ਆਪਣਾ ਸਰੀਰ ਉਹਨੇ ਚੀਥਰੇ ਚੀਥਰੇ ਕਰਾ ਲਿਆ। ਲੱਖ ਲਾਨਤ ਹੈ ਸਿੱਖੋ, ਐ ਮੇਰੇ ਨੌਜਵਾਨ ਵੀਰੋ ਕਦੇ ਸੋਚ ਕੇ ਵੇਖੋ, ਅਸੀਂ ਸਿੱਖਾਂ ਦੇ ਘਰ ਜੰਮ ਕੇ ਮੁੱਖ ਤੋਂ ਕੇਸ ਦਾੜੀਆਂ ਕਟਾਈ ਫਿਰਦੇ ਆ। ਇਹ ਬੜੀ ਮਹਿੰਗੀ ਮਿਲੀ ਹੈ ਸਰਦਾਰੀ ਸਾਨੂੰ, ਬੜਾ ਮਹਿੰਗਾ ਮੁੱਲ ਹੈ ਇਹਦਾ। ਕਲਗੀਧਰ ਸੱਚੇ ਪਾਤਸ਼ਾਹ ਨੇ ਚਾਰ ਪੁੱਤ ਵਾਰੇ, ਪੰਜਵੀਂ ਮਾਂ ਵਾਰੀ, ਛੇਵਾਂ ਬਾਪ ਵਾਰਿਆ, ਸੱਤਵਾਂ ਆਪ ਵਾਰਿਆ, ਸਾਰਾ ਸਰਵੰਸ਼ ਪੰਜ ਭੂਆ ਦੇ ਪੁੱਤ ਸਾਡੇ ਬਦਲੇ ਤੇ ਦਮਦਮਾ ਸਾਹਿਬ ਦੀ ਧਰਤੀ ਤੇ ਸਾਡੇ ਵੱਲ ਕਿਤੇ ਹੱਥ ਕਰਕੇ ਕਲਗੀਆਂ ਵਾਲੇ ਨੇ ਕਿਹਾ ਸੀ। ਮਾਤਾਵਾਂ ਨੇ ਪੁੱਛਿਆ ਸੀ ਸਤਿਗੁਰੂ ਸਿੰਘ ਨੇ, ਸਾਡੇ ਪੁੱਤ ਨਹੀਂ ਨਜ਼ਰ ਆਉਂਦੇ। ਬਾਜਾਂ ਵਾਲੇ ਕਹਿੰਦੇ ਸੀ, ਮਾਤਾ ਸੁੰਦਰ ਕੌਰ ਨੂੰ ਕਿਹਾ ਸੀ, ਮਾਤਾ ਸਾਹਿਬ ਦੇਵਾਂ ਨੂੰ ਕਹਿੰਦੇ ਸਨ, ਇਨ ਪੁੱਤਰ ਕੈ ਸੀਸ ਪੈ ਵਾਰ ਵੀ ਇਹ ਸੁੱਤ ਚਾਰ, ਚਾਰ ਬੂਹੇ ਤੋਂ ਕਿਆ ਹੋਇਆ ਜੀਵਤ ਕਈ ਹਜ਼ਾਰ, ਸਾਡੇ ਵੱਲ ਹੱਥ ਕਰਕੇ ਕਿਹਾ ਸੀ ਤੈਨੂੰ ਤੇਰਾ ਸਾਹਿਬਜ਼ਾਦਾ ਅਜੀਤ ਸਿੰਘ ਇਹਨਾਂ ਵਿੱਚੋਂ ਨਜ਼ਰ ਆਏਗਾ, ਤੈਨੂੰ ਤੇਰੇ ਪੁੱਤ ਇਹਨਾਂ ਵਿੱਚੋਂ ਨਜ਼ਰ ਆਉਣਗੇ। ਵੀਰੋ ਮਾਤਾ ਬੋ, ਸਾਨੂੰ ਆਪਣੇ ਪੁੱਤਰ ਧੀਆਂ ਬਣਾਇਆ ਸੀ ਬਾਜਾਂ ਵਾਲੇ ਨੇ, ਧੀ ਨੂੰ ਵੀ ਪਿਓ ਪੁੱਤ ਕਹਿੰਦਾ,
अपनी धी नूं भी प्यो बाप पुत्र कहिंदा है, सानू भी क्या सी असी भी जे अज जानी आ ना वोटी पालर ते सानू भी बाजां वाले ने इदां क्या सी, सानू भी अपने पुत बनाया सी। ते वेखो प्यारे हो सारा संसार छड के किते सानू कदर है, जग छड तैनू किसे जी, जग छड तैनू किसे अपना बनाया सी, 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 सारी दुनिया नू छड़ता सी कहता सी खालसा मेरो रूप है खालसे मैं हूं परो नवा, सतगुरु ने कहा सी साडे वाल हथ करके इनकी कृपा ते सदे हम है नहीं मोह सो गरीब करोड़ बाजा वाले कहने मेरे वर्गे करोड़ ही इतने आके तुर गए, पर जे आज मैं हां एक खालसे दी बदौलत जे तैनू अपना बनाया सी तू बाजा वाले नू छड के कित्थे जांदा है, तू अपने जदों नाई दे कोल बैठा हुंदा ना कदे झात मार के वेख्या कर वीरा कदे वेख्या कर, कलगी धर ने अपने चार पुत जिन्ना भी चढ़ती जवानी सी ना तोड़ता सी किन्नी कोमल सी छोटे साहब दा दया निहां खड़ा जंग लगवार दिते साढ़े चार अज पुत्तां दियां जे पुत्तां दे सिर तों पानी वार के पीनिया ना आवां आ दुनिया में जेडे ऐशो आराम है सरदारियां बाजा वाले ने दतिया तेनू अपना बनाया सी बाजा वाले ने, जग छड तैनू किसे अपना बनाया सी, 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 दस ओ दे प्यार दा तू की मंगदा 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 दस ओ दे प्यार दा तू की मुल पाई, अज की मुल पाया सी बाजां वाले दे पुत्रां दियां शहीदियां दा, प्यारो उन्हां दा आपां दिन मना रहे हां, उन्हां दी याद मना रहे हां, ते उन्हां दे पुत्रां वर्गियां शकलां बना लईए, सतगुरु सच्चे पातशाह महाराज जीआं दे दित्ते होए सिधांत नूं अपना के कलंगी धर दे पुत्रो धीओ अमृत धारी हो के जीओ, सतगुरु सच्चे पातशाह कृपा करन रहमत मेहर बख्शिश करन, ताई आ दिन मनाए ताई साडे अखंड पाठ साहिब कीते साडी सेवा कीती सफल हो सकती है, जे आपां अमृत धारी हो के गुरु वाले बन के अपना जीवन जिउण सकीए, सारी संगत दा तुसां दा बहुत बहुत धन्नवाद, बड़े प्यार विच बैठ के तुसां ने सुनिया।
ਬੜੇ ਪਿਆਰ ਵਿੱਚ ਬੈਠ ਕਰਕੇ ਆਪ ਜੀ ਨੇ ਪਿਆਰ ਦਾ ਸੂਤ ਦੇ ਕੇ ਇਕਾਗਰਤਾ ਬਖਸ਼ਿਸ਼ ਕੀਤੀ ਹੈ। ਤੇ ਪਿਆਰਿਓ ਜਦੋਂ ਇਕਾਗਰਤਾ ਨਾ ਬਣੇ ਨਾ ਮੈਂ ਸਮਝਦਾ ਮੈਥੋਂ ਕੁਝ ਸੁਣਾਇਆ ਨਹੀਂ ਗਿਆ। ਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ, ਮੇਰੇ ਕੋਲ ਲਫ਼ਜ਼ ਨਹੀਂ ਹੈ ਜਿਹਦੇ ਨਾਲ ਮੈਂ ਤੁਹਾਡਾ ਧੰਨਵਾਦ ਕਰਾਂ। ਸਾਰੀਆਂ ਸੰਗਤਾਂ ਦਾ ਧੰਨਵਾਦ, ਕੋਟਾਨਕੋਟ ਧੰਨਵਾਦ, ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਜਿਨ੍ਹਾਂ ਦੀ ਮਿਹਰ ਸਦਕਾ ਮਿਹਰਾਮ ਸਦਕਾ ਆਪਾਂ ਨੂੰ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਇਸ ਕਰਕੇ ਸਾਰੇ ਸਮੁੱਚੇ ਪ੍ਰਬੰਧਕ ਜਨਾਂ ਦਾ, ਪ੍ਰਬੰਧਕ ਕਮੇਟੀ ਦਾ, ਹੈੱਡ ਗ੍ਰੰਥੀ ਬਾਬਾ ਰੇਸ਼ਮ ਸਿੰਘ ਜੀ ਔਰ ਇਹਨਾਂ ਦੇ ਭਰਾਤਾ ਬਾਬਾ ਕੁਲਵੰਤ ਸਿੰਘ ਜੀ ਜਿਨ੍ਹਾਂ ਦੇ ਨਾਲ ਦਾਸ ਦਾ ਬੜੇ ਚਿਰਾਂ ਤੋਂ ਸੁਨੇਹ ਹੈ, ਪਿਆਰ ਹੈ, ਔਰ ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਗੁਰਦੁਆਰਾ ਸਿੰਘ ਸਭਾ ਦੇ ਮੁੱਖ ਸੇਵਾਦਾਰ ਬਾਬਾ ਗੋਪਾਲ ਸਿੰਘ ਜੀ, ਉੱਥੋਂ ਦੀ ਪ੍ਰਬੰਧਕ ਕਮੇਟੀ ਆਈ ਹੈ ਉਹਨਾਂ ਦਾ ਵੀ ਧੰਨਵਾਦ। ਗੁਰਦੁਆਰਾ ਸਾਹਿਬ ਸੰਗਰਾਣਾ ਸਾਹਿਬ ਦੀ ਪ੍ਰਬੰਧਕ ਕਮੇਟੀ ਆਈ ਹੈ, ਪ੍ਰਧਾਨ ਸਾਹਿਬ ਆਏ ਨੇ ਉਹਨਾਂ ਦਾ ਵੀ ਧੰਨਵਾਦ, ਔਰ ਜਿਤਨੀਆਂ ਸੰਗਤਾਂ ਆਪ ਆਇਓ ਔਰ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਆਏ ਇਲਾਕੇ ਦੇ ਮਹਾਂਪੁਰਖ ਹਾਜ਼ਰੀਆਂ ਲਵਾ ਕੇ ਗਏ ਨੇ ਸਾਰਿਆਂ ਲਈ ਧੰਨਵਾਦ। ਭਾਈ ਗਗਨ ਸਿੰਘ ਜੀ ਮਾਛੀ ਪੱਤੀ ਵਾਲੇ ਗੁਰੂ ਘਰ ਵਾਲੇ ਉਹ ਵੀ ਆਏ ਨੇ ਉਹਨਾਂ ਦਾ ਵੀ ਧੰਨਵਾਦ। ਬਾਬਾ ਗੁਰਵਿੰਦਰ ਸਿੰਘ ਜੀ ਜੋ ਸੰਤ ਗਿਆਨੀ ਦੀਦਾਰ ਸਿੰਘ ਜੀ ਹੁਣਾਂ ਦੇ ਵੇਲੇ ਸਭ ਤੋਂ ਪਹਿਲਾਂ ਜੋ ਇਹ ਆਏ ਸਨ ਇੱਥੇ ਪਾਵਨ ਪਵਿੱਤਰ ਸਥਾਨ ਤੇ, ਜੋ ਅੱਜ ਕੱਲ੍ਹ ਕੌਰਿਆਂ ਨੇ ਡਿਊਟੀ ਨਿਭਾ ਰਹੇ ਨੇ ਉਹ ਵੀ ਆਏ ਨੇ, ਤੇ ਉਹਨਾਂ ਦਾ ਵੀ ਧੰਨਵਾਦ। ਔਰ ਆਪ ਸੰਗਤਾਂ ਦਾ, ਸਮੁੱਚੇ ਹੀ ਪ੍ਰਬੰਧਕ ਜਨਾਂ ਦਾ ਦੁਆਰਾ ਫਿਰ ਧੰਨਵਾਦ ਹੈ। ਔਰ ਕੌਮੀ ਸੋਚ ਜੋ ਮੋਬਾਈਲ 'ਤੇ 24 ਘੰਟੇ ਗੁਰਮਤ ਪ੍ਰਚਾਰ ਦੀ ਸੇਵਾ ਇਹਨਾਂ ਦੀ ਚੱਲਦੀ ਰਹਿੰਦੀ ਹੈ, ਕੌਮੀ ਸੋਚ ਚੈਨਲ ਹੈ ਜੋ, ਉਹ ਵੀ ਵੀਰ ਜੀ ਆਏ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਸਮੁੱਚੇ ਹੀ ਸਾਰੀ ਸੰਗਤ ਵੱਲੋਂ ਇਹਨਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਆ ਅੱਜ ਜਿਹੜਾ ਤੁਸੀਂ ਬੈਠੇ ਹੋ, ਤੁਹਾਨੂੰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਸੰਗਤਾਂ ਵੇਖ ਰਹੀਆਂ ਨੇ, ਉਹਨਾਂ ਦਾ ਵੀ ਧੰਨਵਾਦ। ਔਰ ਨਾਲ ਹੀ ਭਾਈ ਮੱਖਣ ਸਿੰਘ ਜੀ ਜਿਨ੍ਹਾਂ ਦਾ ਬਹੁਤ ਹੀ ਸੋਹਣਾ ਸਾਊਂਡ ਹੈ, ਜਿੱਥੇ ਵੀ ਪ੍ਰੋਗਰਾਮ ਹੁੰਦਾ ਹੈ ਉੱਥੇ ਹੀ ਅਸੀਂ ਕਹਿੰਦੇ ਹਾਂ ਕਿ ਇਹਨਾਂ ਦਾ ਸਾਊਂਡ ਲਾਓ, ਕਿਉਂਕਿ ਸਾਡੇ ਇਹਨੂੰ ਸੈਟਿੰਗ ਸਾਡੀ ਸਾਰੀ ਕਰਨੀ ਹੁੰਦੀ ਹੈ। ਭਾਈ ਮੱਖਣ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਦਾ ਬਹੁਤ ਵਧੀਆ ਸਾਊਂਡ ਹੈ। ਔਰ ਸਿੱਧੂ ਫਲਾਵਰ ਡੈਕੋਰੇਸ਼ਨ ਜਿਹੜੀ ਇਹ ਸਾਰੀ ਤੁਸੀਂ ਵੇਖ ਰਹੇ ਹੋ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਬੜੀ ਸੋਹਣੀ ਸਤਿਗੁਰਾਂ ਦੇ ਦਰਬਾਰ ਦੀ ਸੋਭਾ ਤੇ ਉਨੀ ਵੱਡੀ ਹੈ, ਪਰ ਜਦੋਂ ਇੱਦਾਂ ਦੇ ਜਦੋਂ ਇਹਨਾਂ ਨੇ ਆ ਡੈਕੋਰੇਸ਼ਨ ਕੀਤੀ ਤੇ ਚਾਰ ਚੰਨ ਲੱਗ ਗਏ ਸਤਿਗੁਰਾਂ ਦੇ ਦਰਬਾਰ, ਇੱਦਾਂ ਹੀ ਸਜਣੇ ਚਾਹੀਦੇ ਨੇ। ਸਾਰੀਆਂ ਸੰਗਤਾਂ ਦਾ ਧੰਨਵਾਦ। ਆਓ ਦਾਸ ਤੋਂ ਬੋਲਦਿਆਂ ਤੋਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ, ਕਿਉਂਕਿ ਮੈਂ ਕੋਈ ਵਿਦਵਾਨ ਨਹੀਂ ਹਾਂ, ਆਉਂਦਾ ਜਾਂਦਾ ਕੱਖ ਨਹੀਂ ਪਿਆਰਿਓ, ਬਸ ਤੁਹਾਡਾ ਪਿਆਰ ਹੈ, ਤੁਹਾਡਾ ਸੰਗਤਾਂ ਦਾ ਸਹਿਯੋਗ ਹੈ। ਆਪ ਨਗਰ ਦੇ ਬੱਚੇ ਆ ਜਿੰਨਾ ਇਹ ਸਾਰਾ ਜਥਾ ਹੀ ਤੁਹਾਡੇ ਨਗਰ ਦਾ ਹੈ, ਇੱਥੋਂ ਦੇ ਹੀ ਬੱਚੇ ਆ, ਔਰ ਇਹ ਪਾਵਨ ਪਵਿੱਤਰ ਸਥਾਨ ਦੇ ਨਾਲ ਤੇ ਪਿਆਰਿਓ ਸ਼ੁਰੂ ਤੋਂ ਇੱਥੋਂ ਹੀ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਔਰ ਮਹਾਂਪੁਰਖਾਂ ਨੇ ਸੰਤ ਗਿਆਨੀ ਦੀਦਾਰ ਸਿੰਘ ਜੀ ਉਹਨਾਂ ਨੇ ਕਿਰਪਾ ਕੀਤੀ, ਉਹਨਾਂ ਦੀ ਮਿਹਰ ਦਾ ਸਦਕਈ, ਔਰ ਸਾਰਾ ਇਹ ਆਪ ਜੀ ਦੀ ਸੰਗਤਾਂ ਦੀ ਜੋੜੇ ਚਾੜਨ ਦੀ ਸੇਵਾ ਹੈ ਜਿਹੜੀ ਸੰਗਤ ਸਤਿਗੁਰੂ ਜੀ ਲੈ ਰਹੇ ਨੇ। ਬੜੇ ਥਾਂ ਪਰ ਥਾਂ ਤੇ ਆਪ ਸੰਗਤਾਂ ਦੀ ਬਦੌਲਤ ਬੜੇ ਬੜੇ ਜਿਹੜੇ ਸ਼ਹਿਰਾਂ ਦੇ ਵਿੱਚ ਜਾਣ ਦਾ ਸਮਾਂ ਮਿਲਿਆ, ਬੜੀਆਂ ਬੜੀਆਂ ਥਾਵਾਂ ਤੇ ਜਾਣ ਦਾ ਸਮਾਂ ਮਿਲਿਆ, ਔਰ ਆਪ ਸੰਗਤਾਂ ਦਾ ਇਸੇ ਤਰ੍ਹਾਂ ਸਹਿਯੋਗ ਜੇ ਰਹੇਗਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ, ਇਹ ਅਰਦਾਸ ਕਰਿਓ। ਸਤਿਗੁਰੂ ਜੀ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ, ਇਹ ਅਰਦਾਸ ਸਾਧ ਸੰਗਤ ਮੇਰੀਆਂ ਸਤਿਕਾਰਯੋਗ ਮਾਤਾਵਾਂ ਬੀਬੀਆਂ ਭੈਣਾਂ ਸਤਿਗੁਰਾਂ ਦੇ ਚਰਨਾਂ ਵਿੱਚ ਕਰਿਓ। ਸਤਿਗੁਰੂ ਕਿਸੇ ਪ੍ਰਕਾਰ ਦਾ ਲੋਭ ਲਾਭ ਹੰਕਾਰ ਈਰਖਾ ਦਵੈਸ਼ ਇੱਕ ਤੇ ਦਿਮਾਗ ਤੇ ਨਾ ਲੈ ਕੇ ਆਉਣ, ਸਤਿਗੁਰੂ ਜੀ ਦੇ ਪਾਵਨ ਚਰਨਾਂ ਵਿੱਚ ਇਹ ਅਰਦਾਸ ਕਰਿਓ। ਮੈਂ ਆਪ ਜੀ ਤੋਂ ਇੱਕ ਮੰਗ ਮੰਗਦਾ ਹਾਂ ਕਿ ਇਹ ਵੀ ਅਰਦਾਸ ਕਰਿਓ, ਸਤਿਗੁਰੂ ਜੀ ਦੇ ਚਰਨਾਂ ਵਿੱਚ ਅਸੀਸ ਦਿਓ, ਦੇਹੋ ਸੱਜਣ ਅਸੀਸੜੀਆਂ ਜਿਉ ਹੋਵੇ ਸਾਹਿਬ ਸੋ ਮੇਲ, ਸਤਿਗੁਰੂ ਸੱਚੇ ਪਾਤਸ਼ਾਹ ਦੇ ਦਰ ਘਰ ਦੇ ਨਾਲ ਜੁੜੇ ਰਹੀਏ, ਆਪ ਸੰਗਤਾਂ ਦੇ ਚਰਨ ਜੋੜੇ ਚਾੜਨ ਦੀ ਸੇਵਾ ਇਸੇ ਤਰ੍ਹਾਂ ਕਰਦੇ ਰਹੀਏ। ਸਾਰੀਆਂ ਸੰਗਤਾਂ ਦਾ ਧੰਨਵਾਦ। ਆਓ ਪਿਆਰੋ
आनंद साहब जी का पाठ प्रण अरदास बेनती होनी है। सारी संगत एक मन एक चित हो के आनंद साहब जी के पाठ के विच हुण तुसा हाजरी लवाओ। सारी संगत कोई रसना वांझी ना रवे, सारे बोले भाई जी की हाजरी नहीं जान लगी, हुण सारे बोल के हाजरी लवायो। कलगीधर सच्चे पातशाह महाराज इस पावन पवित्र ते चरण जिन्हां ने पाए ने, हमेशा ही सतगुरु सच्चे पातशाह इस स्थान ते पहरा दिंदे ने। और पर सादियां वेखण वालियां अखा नहीं अखा होर ने, इस करके आओ उन्हां नूं हाजर नाजर जान के गुरु ग्रंथ साहिब महाराज जी दी हजूरी दे विच सतगुरां नूं प्रतप समझ के सारे हाजरियां लवाओ इक मन इक चित हो के। राम कली महला तीजा, आनंद को अंकार सतगुर प्रसाद। आनंद पया मेरी माए, सतगुरु मैं पाया। रंगन परवान परियां अब गगा हमारियां, अब तो पाला हो हरे केरा मन जिन्नी वसारा। अरे नानक आनंद होवा सतगुरु ए मन मेरा तू सदा रहो हम अंगीकारो मने तेरा कार्य सब सुहाना। गलास बड़ा सुहावी जो तो मनो सारे कह नान हरार हो हर तारे साची सावे बाजे सब पके कह नानक सत्य साहिब क्या नहीं करती है माता। नामे राया दानो साथ नामे आदान मेरा उपना सब कुमारियां साथ रुख माने आए बजराजिक इच्छा सब कुमारियां। Oh,
ਜਿਨੀ ਨਾਮ ਧਿਆਇਆ ਗਏ ਸਤ ਨਾਲ ਨਾਨਕ ਤੇ ਮੁਖ ਉਜਲੇ ਨਾਨਕ ਤੇ ਮੁਖ ਉਜਲੇ ਸੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।